ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਡੰਡਾਉਤ ਬੰਦਨ ਨਾਨਕ ਬਾਰ ਸਰਬ ਕਲਾ ਸਮਰਤ ਡੋਲਣ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਜਨਮ ਜਨਮ ਕੇ ਦੁੱਖ ਨਿਵਾਰੈ ਸੋ ਕਾ ਮਨ ਸੁਧਾਰੈ ਦਰਸ਼ਨ ਭੇਟਤ ਹੋਤ ਨਿਹਾਲ ਹਰ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮਕੀ ਫੰਦਾ ਸਮਰੱਥ ਪੁਰਖ ਪੂਰਨ ਵਿਦਾਤੇ ਆਪੇ ਕਰਣੇ ਹਾਰਾ ਆਪਣਾ ਦਾਸ ਹਰ ਆਪ ਵਾਰਿਆ ਨਾਨਕ ਨਾਮ ਆਧਾਰਾ ਨਾਨਕ ਨਾਮ ਆਧਾਰਾ ਆਨੰਦ ਗੁਣ ਨਿਧਾਨ ਗੁਰੂ ਗਰੀਬਨ ਵਾਜ ਗਰੀਬਨ ਵਾਜ ਮੇਰਾ ਵੈਦ ਗੁਰੂ ਗੋਬਿੰਦਾ ਰੋਗੀਆਂ ਦੇ ਰੋਗ ਕੱਟਦਾ ਮੇਰਾ ਵੈਦ ਗੁਰੂ ਗੋਬਿੰਦਾ ਰੋਗੀਆਂ ਦੇ ਰੋਗ ਕੱਟਦਾ ਕੱਟ
ਬੈਠ ਦਾ ਵਡਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰਮੁਖ ਪਿਆਰਿਓ ਬਿਨਾਂ ਭਾਗਾਂ ਤੋਂ ਬਿਨਾਂ ਕਰਮਾਂ ਤੋਂ ਇਹ ਸਤਸੰਗ ਦੀਆਂ ਘੜੀਆਂ ਪ੍ਰਾਪਤ ਨਹੀਂ ਹੁੰਦੀਆਂ। ਕੋਈ ਜੀਵ ਦੇ ਅਤਿ ਵੱਡੇ ਭਾਗ ਹੋਰ ਕੋਈ ਸੇਵਾ ਸਿਮਰਨ ਕੋਈ ਕੀਤਾ ਹੋਵੇ ਫਿਰ ਜੀਵ ਦੇ ਅਤਿ ਵੱਡੇ ਭਾਗ ਹੁੰਦੇ ਨੇ। ਫਿਰ ਗੁਰੂ ਦੀ ਗੋਦ ਵਿੱਚ ਸਤਸੰਗ ਵਿੱਚ ਆਉਣ ਦਾ ਵਡਭਾਗ ਸਮਾਂ ਪ੍ਰਾਪਤ ਹੁੰਦਾ। ਗੁਰਮੁਖ ਪਿਆਰਿਓ ਜਦੋਂ ਜੀਵ ਗੁਰੂ ਦੀ ਗੋਦ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਦੀ ਸਤਸੰਗਤ ਵਿੱਚ ਆ ਕੇ ਬੈਠਣ ਲੱਗ ਜਾਵੇਗਾ ਨਾ ਫਿਰ ਸਤਿਗੁਰੂ ਜੀ ਉਹਦੇ ਜਨਮਾਂ ਜਮਾਤਰਾਂ ਦੇ ਦੁੱਖ ਕੱਟ ਦੇਣਗੇ। ਸਤਿਗੁਰੂ ਜੀ ਬਾਣੀ ਵਿੱਚ ਪ੍ਰਮਾਣ ਕਰਦੇ ਨੇ ਜਨਮ ਜਨਮ ਕੇ ਦੁੱਖ ਨਿਵਾਰੈ ਸੁਖਾ ਮਨ ਸੁਧਾਰੈ ਦਰਸ਼ਨ ਪੇਟ ਥੋਤ ਨਿਹਾਲਾ ਹਰ ਕਾ ਨਾਮ ਵਿਚਾਰੈ। ਜਦੋਂ ਜੀਵ ਗੁਰੂ ਦੇ ਅੱਗੇ ਅਰਦਾਸ ਕਰਦਾ ਹੈ ਮਹਾਰਾਜ ਮੈਨੂੰ ਆ ਦੁੱਖ ਤਕਲੀਫ ਹੈ ਆਪ ਜੀ ਕਿਰਪਾ ਕਰੋ ਮੇਰੇ 'ਤੇ ਆ ਦੁੱਖ ਕੱਟਿਆ ਜਾਵੇ। ਗੁਰਮੁਖ ਪਿਆਰੇ ਉਹ ਦੁੱਖ ਕਿਸ ਤਰ੍ਹਾਂ ਕੱਟਿਆ ਜਾਵੇਗਾ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਸਾਧ ਸੰਗਤ ਕਰਕੇ ਨਾਮ ਜਪ ਕੇ ਸੇਵਾ ਸਿਮਰਨ ਕਰਕੇ ਗੁਰੂ ਦੇ ਦਰ 'ਤੇ ਸੇਵਾ ਕਰਕੇ ਦਰਸ਼ਨ ਪੇਟ ਤਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵੈ ਕਾਟੈ ਜਮ ਕੀ ਪੰਦਾ। ਸਤਿਗੁਰੂ ਜੀ ਕਹਿੰਦੇ ਨੇ ਮੇਰਾ ਗੁਰੂ ਬਹੁਤ ਹੀ ਵੱਡਾ ਹੈ ਕਿ ਜਿਹੜਾ ਜੀਵ ਦੇ ਦੁੱਖ ਕੱਢ ਦਿੰਦਾ ਹੈ। ਗੁਰਮੁਖ ਪਿਆਰਿਓ ਜਦੋਂ ਜੀਵ ਗੁਰੂ ਦੇ ਪ੍ਰਤੀ ਅਰਦਾਸ ਕਰਦਾ ਹੈ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹੈ ਫਿਰ ਜੀਵ ਦੇ ਦੁੱਖ ਕੱਟੇ ਜਾਂਦੇ ਨੇ। ਗੁਰਮੁਖ ਪਿਆਰਿਓ ਇਸੇ ਤਰ੍ਹਾਂ ਧੰਨ ਧੰਨ ਬਾਬਾ ਨਾਨਸੀ ਜੀ ਮਹਾਰਾਜ ਦੇ ਕੋਲ ਇੱਕ ਸੇਵਕ ਆਇਆ ਰਾਜਾ ਆਇਆ ਬਾਬਾ ਜੀ ਨੂੰ ਆ ਕੇ ਕਹਿਣ ਲੱਗਾ ਬਾਬਾ ਜੀ ਮੈਨੂੰ ਨਾਮ ਦਾਨ ਦੇ ਦਿਓ ਸੇਵਾ ਸਿਮਰਨ ਮੇਰੀ ਝੋਲੀ ਵਿੱਚ ਪਾ ਦਿਓ ਗੁਰਮੁਖ ਪਿਆਰਿਓ ਬਾਬਾ ਨਾਨਸੀ ਜੀ ਮਹਾਰਾਜ ਆਪਣੇ ਆਸਣ ਤੋਂ ਉੱਠ ਕੇ ਇੱਕ ਜੰਗਲਾਂ ਦੇ ਵੱਲ ਨੂੰ ਤੁਰ ਪਏ
ਜਦੋਂ ਜੰਗਲਾਂ ਦੇ ਵੱਲ ਨੂੰ ਤੁਰੇ ਜਾਂਦੇ ਨੇ ਕੀ ਦੇਖਦੇ ਨੇ? ਇੱਕ ਦਰਖਤ ਦੇ ਥੱਲੇ ਮਿੱਟੀ ਦੇ ਭਾਂਡੇ ਦਾ ਠਿਕਰਾ ਪਿਆ ਹੈ। ਜਿਸ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਠਿਕਰੇ ਵੱਲ ਤੱਕਿਆ, ਮਿੱਟੀ ਦੇ ਬਰਤਨ ਵੱਲ ਤੱਕਿਆ ਤਾਂ ਬਾਬਾ ਨੰਦ ਸਿੰਘ ਜੀ ਮਹਾਰਾਜ ਰਾਜਨ ਨੂੰ ਕਹਿਣ ਲੱਗੇ, ਰਾਜਨ ਜੇ ਤੈਨੂੰ ਨਾਮ ਦੀ ਦਾਤ ਚਾਹੀਦੀ ਹੈ, ਸੇਵਾ ਸਿਮਰਨ ਆਪਣੀ ਝੋਲੀ ਵਿੱਚ ਪਵਾਉਣਾ ਹੈ ਤਾਂ ਉਹ ਜਿਹੜਾ ਮਿੱਟੀ ਦੇ ਭਾਂਡੇ ਦੇ ਵਿੱਚ ਜਲ ਪਿਆ ਹੈ ਤੂੰ ਚੱਕ ਕੇ ਉਸ ਨੂੰ ਛਕ ਲੈ। ਗੁਰਮੁਖ ਪਿਆਰਿਓ, ਜਦੋਂ ਇਤਨੀ ਕੁ ਗੱਲ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਰਾਜਨ ਨੇ ਸੁਣੀ, ਰਾਜਨ ਕਹਿਣ ਲੱਗਾ, ਬਾਬਾ ਜੀ ਕਿ ਰਾਜਨ ਦੇ ਮਨ ਦੇ ਵਿੱਚ ਨਾਲ ਹੰਕਾਰ ਆ ਗਿਆ। ਜਦੋਂ ਮਨ ਦੇ ਵਿੱਚ ਹੰਕਾਰ ਆਇਆ, ਮਨ ਦੇ ਨਾਲ ਸੋਚਦਾ ਹੈ ਕਿ ਮੈਂ ਇੰਨੇ ਸੁੰਦਰ ਬਰਤਨਾਂ ਦੇ ਵਿੱਚ ਜਲ ਛਕਣ ਵਾਲਾ, ਪ੍ਰਸ਼ਾਦਾ ਪਾਣੀ ਛਕਣ ਵਾਲਾ, ਅਹਿਲਕਾਰਾਂ ਦੇ ਕੋਲੋਂ ਮੈਂ ਜਲ ਛਕਣ ਵਾਲਾ, ਕੀ ਆ ਮੈਂ ਮਿੱਟੀ ਦੇ ਬਰਤਨ ਵਾਲਾ ਗੰਦਾ ਜਲ ਛਕਾਂਗਾ? ਗੁਰਮੁਖ ਪਿਆਰਿਓ, ਜਦੋਂ ਜੀਵ ਦੇ ਮਨ ਦੇ ਵਿੱਚ ਹੰਕਾਰ ਆ ਜਾਂਦਾ ਹੈ ਨਾ, ਗੁਰੂ ਦੇ ਦਰ 'ਤੇ ਜਦੋਂ ਜੀਵ ਆਉਂਦਾ ਹੈ ਤਾਂ ਮਨ ਦੇ ਵਿੱਚ ਜਦੋਂ ਹੰਕਾਰ ਕਰ ਲੈਂਦਾ ਹੈ ਨਾ, ਫਿਰ ਉਹ ਜੀਵ ਖਾਲੀ ਦਾ ਖਾਲੀ ਹੀ ਤੁਰ ਜਾਂਦਾ ਹੈ। ਗੁਰਮੁਖ ਪਿਆਰੇ, ਜੇ ਗੁਰੂ ਦੇ ਦਰ ਤੋਂ ਕੁਛ ਲੈਣਾ ਹੈ, ਨਿਮਾਣੇ ਹੋ ਕੇ ਨਿਤਾਣੇ ਹੋ ਕੇ ਮਿਲਦਾ। ਗੁਰਮੁਖ ਪਿਆਰਿਓ, ਇਹ ਦਰ ਐਸਾ ਹੈ ਜਿੱਥੋਂ ਨਿਮਾਣੇ ਹੋ ਕੇ ਨਿਤਾਣੇ ਹੋ ਕੇ ਮਨ ਦੇ ਵਿੱਚ ਸ਼ਰਧਾ ਰੱਖ ਕੇ, ਭਾਵਨਾ ਰੱਖ ਕੇ, ਫਿਰ ਗੁਰੂ ਦੇ ਕੋਲੋਂ ਕੁਛ ਪ੍ਰਾਪਤ ਹੁੰਦਾ। ਜੇ ਮਨ ਦੇ ਵਿੱਚ ਹੰਕਾਰ ਰੱਖ ਕੇ ਆਏ ਕਿ ਮੈਂ 100 ਕਿੱਲਿਆਂ ਦਾ ਮਾਲਕ ਹਾਂ, 50 ਕਿੱਲਿਆਂ ਦਾ ਮਾਲਕ ਹਾਂ, ਮੇਰੇ ਨਾਲੋਂ ਇਸ ਦੁਨੀਆਂ 'ਤੇ ਕੋਈ ਵੱਡਾ ਹੀ ਨਹੀਂ। ਗੁਰਮੁਖ ਪਿਆਰਿਓ, ਫਿਰ ਜੀਵ ਗੁਰੂ ਦੇ ਦਰ ਤੋਂ ਖਾਲੀ ਦਾ ਹੀ ਖਾਲੀ ਚਲਿਆ ਜਾਂਦਾ ਹੈ। ਜੇ ਕੁਛ ਲੈਣਾ ਹੈ, ਕੁਛ ਪ੍ਰਾਪਤ ਕਰਨਾ ਹੈ, ਨਿਮਾਣੇ ਹੋ ਕੇ ਨਿਤਾਣੇ ਹੋ ਕੇ ਇਸ ਸਤਿਗੁਰ ਦੇ ਕੋਲੋਂ ਪ੍ਰਾਪਤ ਹੁੰਦਾ ਹੈ। ਗੁਰਮੁਖ ਪਿਆਰਿਓ, ਜਿਵੇਂ ਕਿ ਇੱਕ ਸਿੰਬਲ ਦਾ ਦਰਖਤ ਹੁੰਦਾ ਹੈ, ਉੱਚੇ ਦਾ ਉੱਚਾ ਹੀ ਤੁਰਿਆ ਜਾਂਦਾ ਹੈ ਪਰ ਉਹਨੂੰ ਕੋਈ ਫਲ ਨਹੀਂ ਲੱਗਦਾ। ਜਿਹੜੇ ਨੀਵੇਂ ਦਰਖਤ ਹੁੰਦੇ ਨੇ, ਇਸੇ ਤਰ੍ਹਾਂ ਜਿਹੜਾ ਗੁਰੂ ਦੇ ਦਰ 'ਤੇ ਨਿਮਾਣਾ ਹੋ ਕੇ ਆਉਂਦਾ ਹੈ, ਉਹ ਝੋਲੀਆਂ ਭਰ ਕੇ ਲੈ ਜਾਂਦਾ ਹੈ। ਜਿਹੜਾ ਹੰਕਾਰ ਰੱਖ ਕੇ ਮਨ ਦੇ ਵਿੱਚ ਆਉਂਦਾ ਹੈ, ਵੱਡਾਪਣ ਮਨ ਦੇ ਵਿੱਚ ਹੰਕਾਰ ਰੱਖ ਕੇ ਆਉਂਦਾ ਹੈ, ਫਿਰ ਉਹ ਜੀਵ ਖਾਲੀ ਦਾ ਹੀ ਖਾਲੀ ਤੁਰ ਜਾਂਦਾ ਹੈ।
ਕੁੱਲ ਨੀਵਿਆਂ ਰੁੱਖਾਂ ਨੂੰ ਲੱਗਦੇ ਨੇ ਸਿੰਬਲਾ ਤੋਂ ਮਾਣ ਨਾ ਕਰੇ ਕੁੱਲ ਨੀਵਿਆਂ ਰੁੱਖਾਂ ਨੂੰ ਲੱਗਦੇ ਨੇ ਉੱਚਾ ਹੁਕਮ ਮਾਣ ਨਾ ਕਰੇ ਜਦੋਂ ਰਾਜੇ ਦੇ ਮਨ ਦੇ ਵਿੱਚ ਹੰਕਾਰ ਆਇਆ ਇਹਨੇ ਨੂੰ ਜੰਗਲ ਦੇ ਵਿੱਚੋਂ ਇੱਕ ਕੋੜੀ ਭੱਜਿਆ ਆਉਂਦਾ ਹੈ ਉਹਦੇ ਤੜਨ ਦੇ ਉੱਪਰੋਂ ਲਹੂ ਪਾਕ ਵਗ ਰਿਹਾ ਸੀ ਆ ਕੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਡਿੱਗ ਪਿਆ ਤਾਂ ਕਹਿਣ ਲੱਗਾ ਬਾਬਾ ਜੀ ਮੈਨੂੰ ਬਖਸ਼ ਦਿਓ ਮੇਰੇ ਤਨ ਦਾ ਕੋੜ ਦੂਰ ਕਰ ਦਿਓ
ਗੁਰਮੁਖ ਪਿਆਰੇ ਬਾਬਾ ਨਾਨਕ ਸਿੰਘ ਜੀ ਮਹਾਰਾਜ ਕਹਿਣ ਲੱਗੇ, ਜਾ ਸਿੰਘਾ, ਮਿੱਟੀ ਦੇ ਭਾਂਡੇ ਦੇ ਵਿੱਚ ਜਿਹੜਾ ਜਲ ਪਿਆ ਹੈ ਤੂੰ ਉਸਨੂੰ ਚੱਕ ਕੇ ਛਕ ਲੈ। ਬਾਬਾ ਨਾਨਕ ਸਿੰਘ ਜੀ ਦਾ ਬਚਨ ਮੰਨ ਕੇ ਉਹ ਸਿੰਘ ਨੇ, ਠੇਕਰੇ ਵਾਲਾ, ਮਿੱਟੀ ਦੇ ਭਾਂਡੇ ਵਾਲਾ, ਸਤਨਾਮ ਵਾਹਿਗੁਰੂ ਕਹਿ ਕੇ ਛਕਣ ਲੱਗ ਪਿਆ। ਗੁਰਮੁਖ ਪਿਆਰੇ, ਜਦੋਂ ਉਹ ਠੇਕਰੇ ਵਾਲਾ ਜਲ ਛਕਦਾ ਹੈ, ਉਸੇ ਤਰ੍ਹਾਂ ਉਸਦੇ ਤੜਨ ਦਾ ਕੋੜ ਦੂਰ ਹੋਈ ਜਾਂਦਾ ਹੈ। ਗੁਰਮੁਖ ਪਿਆਰਿਓ, ਰੱਬ ਦੇ ਪਿਆਰੇ ਸੰਤ ਜਨ ਮਹਾਂਪੁਰਸ਼ ਮਿਹਰ ਭਰੇ ਦ੍ਰਿਵ ਦ੍ਰਿਸ਼ਟੀ ਦੇ ਨਾਲ ਤੱਕ ਲੈਣ, ਪਤਾ ਨਹੀਂ ਕੀ ਕੁਛ ਤੋਂ ਕੀ ਕੁਛ ਕਰ ਦਿੰਦੇ ਨੇ। ਗੁਰਮੁਖ ਪਿਆਰਿਓ, ਰਾਜਨ ਕਹਿਣ ਲੱਗਾ, ਬਾਬਾ ਜੀ ਦੇ ਚਰਨਾਂ ਦੇ ਵਿੱਚ ਡਿੱਗ ਕੇ, ਮਹਾਰਾਜ ਮੈਨੂੰ ਬਖਸ਼ ਦਿਓ, ਮੇਰੇ 'ਤੇ ਵੀ ਕਿਰਪਾ ਕਰੋ ਜਿਸ ਤਰ੍ਹਾਂ ਆਪ ਜੀ ਨੇ ਘੋੜੀ 'ਤੇ ਕਿਰਪਾ ਕੀਤੀ। ਬਾਬਾ ਨਾਨਕ ਸਿੰਘ ਜੀ ਮਹਾਰਾਜ ਕਹਿਣ ਲੱਗੇ, ਰਾਜਣ ਹੁਣ ਇਹ ਸਮਾਂ ਨਿਕਲ ਚੁੱਕਿਆ ਹੈ, ਗੁਰਮੁਖ ਪਿਆਰਿਓ ਇਹ ਆਪਾਂ ਨੂੰ ਵੀ ਸਮਾਂ ਮਿਲਿਆ ਹੈ ਸੇਵਾ ਸਿਮਰਨ ਕਰਨ ਦਾ, ਨਾਮ ਭਜਨ ਬੰਦਗੀ ਕਰਨ ਦਾ, ਨਾਮ ਜਪਣ ਦਾ। ਆਓ ਆਪਾਂ ਵੀ ਸੇਵਾ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰੀਏ। ਆਓ ਆ ਧਾਰਨਾ ਪੜ੍ਹ ਕੇ ਫਿਰ ਸਮਾਪਤੀ ਕਰੀਏ। ਨਾਮ ਜਪੇ ਆਤੇ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਏਰਾ। ਕਰਕੇ ਮਾਣ ਨਾਮ ਜਪੇ ਹੱਥ ਦੂਰ ਦੇ ਦੁੱਖੜੇ, ਸੇਵਾ ਕਰਕੇ ਮਾਣ ਪਾਏਰਾ। ਨਾਮ ਜਪੇ ਹੱਥ ਦੂਰ ਦੇ ਦੁੱਖੜੇ, ਸੇਵਾ ਕਰਕੇ ਮਾਣ ਪਾਏਰਾ। ਸੇਵਾ ਕਰਕੇ ਜੇ ਮਾਣ ਪਾਏਰਾ, ਸੇਵਾ ਕਰਕੇ ਜੇ ਮਾਣ ਪਾਏਰਾ। ਨਾਮ ਜਪੇ ਆਤੇ ਦੂਰ ਹੁੰਦੇ ਦੁੱਖੜੇ, ਕਰਕੇ ਮਾਣ ਪਾਏਰਾ। ਆਤੇ ਦੂਰ ਹੁੰਦੇ ਦੁੱਖੜੇ, ਕਰਕੇ ਮਾਣ ਪਾਏਰਾ।
गुर की सेवा सब लहै जे को करै जित लाए मन जिंदे अकल पावणा हमे विचो जाए। आओ हुण बाबा जी पासों गुरबाणी राही बचन सुन के जीवन सफला बनाइए जी। बलावते जी वाहिगुरु जी का खालसा वाहिगुरु जी की फतह। श्री वाहिगुरु जी एक ओंकार सतनाम करता पुरख निरभाओ निर्वै अकाल मूर्त अजुनी सै भंवर प्रसाद नप्याद सच दुवाद सच है भी सच नानक होसी भी सच राजान राज पानान पान देवान देव उपमा महान आए प्रभु शरणागति कृपा निध दयाल एक अखर हर मन बस्त नानक होत निहाल जैसा सुनया सी प्रीतम मेरा डिठा नाल अखियां दे सुनया सी प्रीतम मेरा डिठा नाल अखियां दे I'm
ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ ਹਰ ਨਾਮੋ ਮੰਤਰ ਦਰੜਾਇੰਦਾ ਕੱਟੇ ਹੋਮੈ ਰੋਗ ਹਰ ਨਾਮੋ ਮੰਤਰ ਦਰੜਾਇੰਦਾ ਕੱਟੇ ਹੋਮੈ ਰੋਗ ਨਾਨਕ ਸਤਿਗੁਰੂ ਤਿਨਾ ਮਿਲਾਇਆ ਜਿਨ ਤੁਰੇ ਪਿਆ ਸੰਜੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਤੁਰੇ ਪਿਆ ਸੰਜੋਗ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਡਭਾਗੇ ਹਾਂ ਰਾਜ ਮੈਂ ਰਾਜ ਯੋਗ ਮੈਂ ਯੋਗੀ ਤਪ ਮੈਂ ਤ੍ਰਿਪੀਸਰ ਗ੍ਰਿਸਤ ਮੈਂ ਭੋਗੀ ਧਿਆਏ ਧਿਆਏ ਭਗਤ ਸੁਖ ਪਾਇਆ ਨਾਨਕ ਤਿੰਨ ਪੁਰਖ ਕਾ ਕਿਨੇ ਅੰਤ ਨਾ ਪਾਇਆ ਰਾਜਿਆਂ ਦੇ ਰਾਜੇ ਸਭ ਤੋਂ ਵੱਡੇ ਕਲਯੁਗ ਦੇ ਅਵਤਾਰ ਗੁਰੂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਦਾਤ ਸਾਨੂੰ ਗੁਰਮਤੇ ਦੀ ਸਾਂਝ ਆਪਾਂ ਸਾਰੇ ਹੀ ਮਾਈ ਪਾਈ ਸਾਂਝੀ ਕਰੀ ਗੱਜ ਵੱਜ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ ਭਾਵਨੀ ਭਗਤ ਭਾਏ ਕੌੜੀ ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕਰਕੇ ਇਹ ਸਾਨੂੰ ਸਤਸੰਗ ਦੀਆਂ ਘੜੀਆਂ ਪ੍ਰਾਪਤ ਹੋ ਰਹੀਆਂ
ਕਿਉਂਕਿ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ। ਨਾਨਕ ਸਤਿਗੁਰ ਦੀਆ ਬੁਝਾਏ ਜੀ, ਇੱਥੇ ਨਾਮ ਦਾ ਹੀ ਹੁਕਮ ਚੱਲਣਾ, ਕਿਉਂਕਿ ਕਲਯੁਗ ਦੇ ਅਵਤਾਰ ਸਾਡੀ ਗੁਰੂ ਦੀ ਬਾਣੀ ਹੈ। ਅਤੇ ਗੁਰਮੁਖ ਪਿਆਰਿਓ, ਜਿਹੜਾ ਵੀ ਕੋਈ ਬੰਦਾ ਸਤਸੰਗਤ ਕਰਦਾ, ਸੇਵਾ ਕਰਦਾ, ਪੁੰਨ ਦਾਨ ਕਰਦਾ, ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਲੇਖੇ ਦੇ ਵਿੱਚ ਲਾਉਂਦਾ, ਉਹ ਸੰਸਾਰ ਦੇ ਵਿੱਚ ਸੁਖੀ ਰਹਿੰਦਾ, ਕਿਉਂਕਿ ਉਹ ਆਪਣੀ ਕਿਰਤ ਬਿਰਤ ਵੀ ਸੁੱਚੀ ਰੱਖਦਾ, ਸੇਵਾ ਵੀ ਕਰਦਾ, ਸਿਮਰਨ ਵੀ ਕਰਦਾ। ਇਕੱਲੀ ਸੇਵਾ ਨਹੀਂ ਤਾਰੇਗੀ, ਸੇਵਾ ਕਰੀ ਜਾਵਾਂਗੇ, ਜੇ ਇਕੱਲਾ ਸਿਮਰਨ ਕਰੀ ਜਾਵਾਂਗੇ, ਭਗਤੀ ਕਰੀ ਜਾਵਾਂਗੇ, ਮਾਣ ਆ ਜਾਏਗਾ, ਹੰਕਾਰ ਆ ਜਾਏਗਾ। ਸੇਵਾ ਦੇ ਨਾਲ ਸਾਡੇ ਮਨ ਅੰਦਰ ਨਿਮਰਤਾ ਆਉਂਦੀ ਹੈ, ਸਹਿਜ ਆਉਂਦਾ ਹੈ। ਗੁਰੂ ਘਰ ਦੇ ਵਿੱਚ ਜਾ ਕਰਕੇ ਝਾੜੂ ਲਾਉਣਾ, ਪੋਚੇ ਲਾਉਣੇ, ਗੁਰੂ ਕੇ ਲੰਗਰਾਂ ਦੇ ਜੂਠੇ ਬਰਤਨ ਮਾਂਜਣੇ, ਜੋੜੇ ਘਰ ਦੇ ਵਿੱਚ ਸੇਵਾ ਕਰਨੀ, ਹੋਰ ਕੋਈ ਸੇਵਾ ਮਿਲ ਗਈ ਉਹ ਸੇਵਾ ਕਰ, ਕਿਉਂਕਿ ਸੇਵਾ ਜਿਹੜੀ ਹੈ ਇਹ ਗੁਰੂ ਦੀ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਇਹ ਆਮ ਬੰਦੇ ਦੀ ਸੇਵਾ ਨਹੀਂ ਹੈ, ਆਮ ਮਨੁੱਖ ਦੀ ਸੇਵਾ ਨਹੀਂ ਹੈ, ਇਹ ਸਭ ਦੀ ਸਾਂਝੀ ਸੇਵਾ ਹੈ। ਹਰ ਕੋਈ ਕਰ ਸਕਦਾ, ਕਿਸੇ ਵੀ ਬਰਾਦਰੀ ਦਾ ਹੋਵੇ, ਕਿਸੇ ਵੀ ਜਾਤ ਦਾ ਹੋਵੇ, ਕਿਸੇ ਵੀ ਕੁੱਲ ਦਾ ਹੋਵੇ। ਤੁਸੀਂ ਦਰਬਾਰ ਸਾਹਿਬ ਜਾਓ, ਕਰੋੜਾਂ ਰੁਪਈਆਂ ਦੀਆਂ ਗੱਡੀਆਂ ਦੇ ਵਿੱਚ ਸਾਡੇ ਗੁਰਮੁਖ ਸਿੱਖ ਭਰਾ ਆਉਂਦੇ ਨੇ, ਬਾਹਰੋਂ ਆਉਂਦੇ ਨੇ, ਜਾਂ ਅੰਮ੍ਰਿਤਸਰ ਦੀ ਧਰਤੀ ਦੇ ਲੋਕ ਨੇ, ਜਾਂ ਹੋਰ ਸ਼ਹਿਰਾਂ ਦੇ ਵਿੱਚੋਂ ਜਾਂਦੇ ਨੇ। ਆਪਣੀਆਂ ਗੱਡੀਆਂ ਨੂੰ ਉਹਨਾਂ ਨੇ ਪਾਰਕਾਂ ਦੇ ਵਿੱਚ ਲਾ ਕਰਕੇ, ਨਮਸਕਾਰ ਕਰਕੇ, ਮੱਥਾ ਟੇਕ ਕਰਕੇ, ਉਹਨਾਂ ਨੇ ਸੇਵਾ ਪਤਾ ਕੀ ਲੈਣੀ ਹੈ, ਜੋੜੇ ਘਰ ਦੇ ਵਿੱਚ ਜਾ ਕੇ। ਕਰੋੜਾਂ ਪਤੀ ਬੰਦਾ, ਅਰਬਾਂ ਪਤੀ ਬੰਦਾ, ਖਰਬਾਂ ਪਤੀ ਬੰਦਾ ਕਰੋੜਾਂ ਦੀ ਗੱਡੀ ਦੇ ਵਿੱਚ ਬੈਠ ਕੇ ਆਇਆ। ਬੜੀ ਸੁੱਖ ਸਹੂਲਤ ਹੈ, ਬੜਾ ਆਰਾਮ ਹੈ, ਬੜਾ ਪਰਿਵਾਰ ਸੁਖੀ ਹੈ, ਫਿਰ ਵੀ ਉਹਨੇ ਆ ਕਰਕੇ ਜੋੜੇ ਘਰ ਦੇ ਵਿੱਚ ਸੇਵਾ ਕਰਨੀ ਹੈ। ਜੋੜਿਆਂ ਨੂੰ ਪਾਲਸ਼ ਕੀਤੀ ਜਾਂਦੀ ਹੈ, ਜੋੜਿਆਂ ਨੂੰ ਝਾੜਿਆ ਜਾਂਦਾ ਹੈ, ਗੁਰਮੁਖ ਪਿਆਰੇ ਜੋੜਿਆਂ ਨੂੰ ਸੰਭਾਲਿਆ ਜਾਂਦਾ। ਇਹ ਕੌਣ ਕਰਦੇ ਨੇ? ਜੋ ਸਾਡੇ ਗੁਰੂਆਂ ਨੇ ਜੋ ਮਰਯਾਦਾ ਸਮਝਾਈ ਹੈ ਵੀ ਭਾਈ ਇੱਥੋਂ ਹੀ ਤੈਨੂੰ ਦਾਤਾਂ ਪ੍ਰਾਪਤ ਹੋਣਗੀਆਂ। ਦਾਤ ਮੰਗ ਲੈਣੀ ਗੁਰਮੁਖ ਪਿਆਰੇ ਚੰਗੀ ਗੱਲ ਹੈ, ਦਾਤ ਮੰਗ ਕੇ ਉਹਨੂੰ ਸੰਭਾਲਣਾ ਬੜਾ ਔਖਾ ਹੈ, ਉਹਨੂੰ ਪਾਲਣਾ ਬੜਾ ਔਖਾ ਹੈ। ਗੁਰਮੁਖ ਪਿਆਰੇ ਉਹਨੂੰ ਸੰਭਾਲਣਾ ਵੀ ਬੜਾ ਔਖਾ ਹੈ ਅਤੇ ਉਹਨੂੰ ਪਾਲਣਾ ਵੀ ਬੜਾ ਔਖਾ। ਕੋਈ ਪੁੱਤਰ ਧੀ ਘਰ ਦੇ ਵਿੱਚ ਹੋ ਗਿਆ, ਉਹਨੂੰ ਅਸੀਂ ਬਚਪਨ ਤੋਂ ਲੈ ਕਰਕੇ ਪਹਿਲੇ ਦਿਨ ਤੋਂ ਹੀ ਉਹਦਾ ਇੰਤਜ਼ਾਮ, ਕੱਪੜਿਆਂ ਦਾ, ਦੁੱਧ ਦਾ, ਦਵਾਈ ਬੂਟੀ ਦਾ, ਸਭ ਚੀਜ਼ਾਂ ਦਾ ਉਹਨੂੰ ਪ੍ਰਬੰਧ ਕਰਨਾ ਪੈਂਦਾ। ਗੁਰੂ ਦੀ ਬਾਣੀ ਵੀ ਇਸ ਪ੍ਰਥਾਏ ਬਚਨ ਕਰਦੀ ਹੈ, ਰਮਈਆ ਕੀ ਗੁਣ ਚੇਤ ਪਰਾਨੀ, ਹੇ ਜੀਵ ਤੂੰ ਉਸ ਰਾਮ ਪਰਮਾਤਮਾ ਦੇ ਗੁਣਾਂ ਨੂੰ ਚੇਤੇ ਕਰ ਜਿਹੜੇ ਤੇਰੇ ਉੱਤੇ ਪਰਮਾਤਮਾ ਪਰ ਉਪਕਾਰ ਕਰ ਰਿਹਾ, ਤੇਰੇ ਉੱਤੇ ਪਰ ਉਪਕਾਰ ਕਰ ਰਿਹਾ। ਰਮਈਆ ਕੇ ਗੁਣ ਚੇਤ ਪਰਾਨੀ, ਕਮਲ ਮੂਲ ਤੇ ਕਮਲ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ।
ਮਾਤਾ ਦੇ ਗਰਭ ਦੇ ਵਿੱਚ ਇਸ ਜੀਵ ਨੂੰ ਹਾਰਿਆ ਸ਼ਿੰਗਾਰਿਆ ਜਾਂਦਾ ਹੈ। ਸੋਹਣੇ ਹੱਥ ਪੈਰ ਦਿੱਤੇ, ਸੋਹਣੇ ਨੈਣ ਨਕਸ਼ੇ ਦੇ ਦਿੱਤੇ, ਸੋਹਣਾ ਸੁੰਦਰ ਸਰੂਪ ਦੇ ਦਿੱਤਾ। ਹੋਰ ਦੇਸ਼ਾਂ ਦੇ ਵਿੱਚ ਚਲੇ ਜਾਓ, ਅਫਰੀਕਾ ਦੇ ਵਿੱਚ ਜਾਏ, ਉੱਥੇ ਸਾਰੇ ਕਾਲੇ ਕਾਲੇ ਦਿਸਦੇ ਨੇ। ਹੋਰਲੇ ਦੇਸ਼ਾਂ ਦੇ ਵਿੱਚ ਜਾਓ, ਲੋਕ ਉਹ ਕਾਲੇ ਕਾਲੇ ਦਿਸਦੇ ਨੇ। ਉਹਨਾਂ ਦਾ ਰੂਪ ਰੰਗ ਰੇਖ ਸਾਡੇ ਨਾਲ ਨਹੀਂ ਲੜਦਾ, ਨਾਲ ਸਾਡਾ ਦੇਸ਼ ਲੱਗਦਾ। ਨੇਪਾਲ ਇੱਧਰ ਚੱਲ ਜਾਓ, ਸਾਡੇ ਨਾਲ ਨਹੀਂ ਰਲਦੇ ਪਏ, ਅਸੀਂ ਉਹਨਾਂ ਨਾਲ ਨਹੀਂ ਰਲਦੇ। ਉਹ ਕਿਹੜੇ ਘੜੇ ਦੇ ਵਿੱਚ ਇਸ ਮੂਰਤੀ ਨੂੰ ਘੜਦਾ ਹੈ ਉਹਨੂੰ ਪਤਾ ਹੈ, ਉਸ ਵਾਹਿਗੁਰੂ ਨੂੰ ਪਤਾ ਹੈ। ਰਮਈਆ ਕੇ ਗੁਣ ਚੇਤ ਪ੍ਰਾਨੀ ਕਮਲ ਮੂਲ ਅਤੇ ਕਮਲ ਦ੍ਰਿਸ਼ਟਾਨੀ, ਜਿਨ ਤੂੰ ਸਾਜ ਤੈਨੂੰ ਸਾਜਿਆ ਫੇਰ ਨਵਾਜਿਆ। ਸਾਜ ਕੇ ਨਵਾਜਦਾ, ਜਿਨ ਤੂੰ ਸਾਜ ਸਵਾਰ ਸ਼ਿੰਗਾਰ ਫਿਰ ਤੇਰੇ ਸ਼ਿੰਗਾਰ। ਜੇ ਕੋਈ ਹੱਥ ਪੈਰ ਇੱਧਰ ਉੱਧਰ ਟੇਢਾ ਬੀਂਡਾ ਹੋ ਜਾਵੇ ਨਾ, ਅਤੇ ਫਿਰ ਅਸੀਂ ਕਹਿੰਦੇ ਵੀ ਇਹ ਬੱਤਾ ਕੁਝ ਹੈ। ਗੁਰਮੁਖ ਪਿਆਰੇ, ਕਈ ਬੱਚਿਆਂ ਦੇ ਜਨਮ ਤੋਂ ਹੀ ਹੱਥ ਪੈਰ ਟੇਢੇ ਪਿੰਗਲੇ ਹੋ ਜਾਂਦੇ ਨੇ, ਅੱਖਾਂ ਟੇਢੀਆਂ, ਮੂੰਹ ਟੇਢਾ, ਇਹੋ ਜਿਹਾ ਰੂਪ ਰੰਗ, ਜਿਹੋ ਜਿਹੇ ਉਹਨੇ ਕਰਮ ਕੀਤੇ ਉਹੋ ਜਿਹਾ ਉਹਨੂੰ ਜਨਮ ਮਿਲ ਜਾਂਦਾ। ਪਰਮਾਤਮਾ ਨੇ ਤਾਂ ਉਹਨੂੰ ਸ਼ਿੰਗਾਰ ਸਹੀ ਦਿੱਤਾ, ਪਰ ਉਹਦੇ ਕਰਮਾਂ ਕਰਕੇ, ਉਹਨੂੰ ਭਾਗਾਂ ਕਰਕੇ ਗੁਰਮੁਖ ਪਿਆਰੇ ਉਹੋ ਜਿਹਾ ਉਹਦਾ ਰੂਪ ਬਣ ਜਾਂਦਾ, ਰੂਪ ਬਣ ਜਾਂਦਾ। ਉਹੀ ਬੱਚਾ ਹੁੰਦਾ ਇੱਕ ਜਨਮ ਦਾ ਅਮੀਰ ਹੈ, ਉਹੀ ਬੱਚਾ ਹੁੰਦਾ ਇੱਕ ਗਰੀਬ ਦੇ ਘਰੇ ਜੰਮਦਾ, ਅਤੇ ਉਹਨੂੰ ਗੁਰਮੁਖ ਪਿਆਰੇ ਕੱਪੜਾ ਨਸੀਬ ਨਹੀਂ ਹੁੰਦਾ। ਇਹ ਕਿਰਪਾ ਕਿਹਦੀ ਹੈ? ਉਸ ਦਾਤੇ ਦੀ। ਗੁਰਮੁਖ ਪਿਆਰੇ ਗੁਰੂ ਦੀ ਬਾਣੀ ਵਚਨ ਕਰਦੀ ਹੈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਗੁਰਾ ਇੱਕ ਦੇ ਬਜਾਏ। ਸਾਰਿਆਂ ਜੀਆਂ ਦਾ ਦਾਤਾ ਉਹ ਵਾਹਿਗੁਰੂ ਹੈ, ਪਰਮਾਤਮਾ ਹੈ, ਬੰਦਾ ਨਹੀਂ ਹੈ, ਮਨੁੱਖ ਨਹੀਂ ਹੈ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਹਨੇ ਉਭਾਰਿਆ, ਬਾਰ ਬਵਸਤਾ ਤੁਝੇ ਪਿਆਰੇ ਦੂਧ, ਭਰ ਜੋਵਨ ਭੋਜਨ ਸੁੱਖ ਸੂਧ। ਤੇਰੇ ਜੰਮਣ ਤੋਂ ਮਾਤਾ ਦੇ ਅਸਤਨਾਂ ਤੋਂ ਦੁੱਧ ਪ੍ਰਾਪਤ ਹੋਇਆ, ਬਾਰ ਬਵਸਤਾ ਤੁਝੇ ਪਿਆਰੇ ਦੂਧ, ਭਰ ਜੋਵਨ ਭੋਜਨ ਸੁੱਖ ਸੂਧ। ਬਿਰਦ ਪਿਆ ਬੁੱਢਾ ਹੋ ਗਿਆ, ਬਾਲਪਣ ਚਲਾ ਗਿਆ, ਜਵਾਨੀ ਚਲੀ ਗਈ, ਬੁਢੇਪਾ ਆ ਗਿਆ, ਹੁਣ ਤੁਰਿਆ ਨਹੀਂ ਜਾਂਦਾ। ਬਾਣੀ ਕਹਿੰਦੀ ਹੈ, ਸਿਰ ਕੰਮ ਪਿਓ ਪੱਗ ਡਗ ਮਗੈ, ਨੈਣ ਜੋਤ ਤੇ ਹੀ ਨਾ। ਸਾਰਿਆਂ ਦੇ ਸਿਰ ਵੀ ਕੰਮਣੇ ਨੇ, ਸਾਰਿਆਂ ਦੀਆਂ ਲੱਤਾਂ ਨੇ ਜਵਾਬ ਵੀ ਦੇਣਾ, ਸਭ ਦੀਆਂ ਬਾਹਾਂ ਨੇ ਵੀ ਜਵਾਬ ਦੇਣਾ, ਸਭ ਦੀਆਂ ਅੱਖਾਂ ਨੇ ਵੀ ਜਵਾਬ ਦੇਣਾ, ਅਤੇ ਇਹ ਸਾਡੇ ਸਰੀਰ ਨੇ ਵੀ ਇੱਕ ਦਿਨ ਜਵਾਬ ਦੇ ਦੇਣਾ ਵੀ ਮੈਂ ਹੁਣ ਨਹੀਂ ਚੱਲ ਸਕਦਾ। ਸਿਰ ਕੰਮ ਪਿਓ ਪੱਗ ਡਗ ਮਗੈ, ਨੈਣ ਜੋਤ ਤੇ ਹੀਨ। ਨੈਣਾਂ ਦੇ ਵਿੱਚ ਜੋਤ ਵੀ ਚਲੀ ਜਾਂਦੀ ਹੈ, ਦਿਸਦਾ ਹੀ ਨਹੀਂ, ਸਾਰੀ ਜ਼ਿੰਦਗੀ ਦੇਖਦਾ ਦੇਖਦਾ ਇਹ ਤਮਾਸ਼ੇ, ਇਹਦੀਆਂ ਅੱਖਾਂ ਤ੍ਰਿਪਤ ਨਹੀਂ ਹੋਈਆਂ। ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਸਾਦੀ ਜੀਵ ਨ ਰਜੀਆਂ ਕਰ ਭੋਗ ਬਲਾਸੇ, ਨੱਕ ਨ ਰਜੇ ਆਵਾਸ ਲੈ ਦੁਰਗੰਧ ਸੁਵਾਸੇ, ਪੀਰ ਮਰੀਦਾ ਪਿਰ ਹੜੀ ਸੱਚੀ ਰਹਿ ਰਸ। ਚਾਰ ਇੰਦਰੀਆਂ ਦੀ ਗੱਲ ਭਾਈ ਗੁਰਦਾਸ ਜੀ ਵਚਨ ਕਰਦੇ ਨੇ, ਗੁਰੂ ਕਰਦੇ ਵੇਦ ਵਿਆਸ, ਇਹ ਮਨੁੱਖ ਤੈਨੂੰ ਪਰਮਾਤਮਾ ਨੇ ਚੰਗੀਆਂ ਅੱਖਾਂ ਲਾ ਦਿੱਤੀਆਂ, ਇਸ ਅੱਖਾਂ ਦੇ ਨਾਲ ਕੀ ਕਰ, ਤੂੰ ਗੁਰੂ ਦੇ ਦਰ 'ਤੇ ਆ ਕੇ ਗੁਰੂ ਦੇ ਦਰਸ਼ਨ ਕਰ। ਅਤੇ ਸਤਿਗੁਰੂ ਇਉਂ ਵਚਨ ਕਰਦੇ ਨੇ, ਦੋਵੇਂ ਨੈਣ ਲੋਚ ਦੇਨੇ ਮੇਰੇ, ਤੇਰੇ ਆਦਦਾਰਿਆਂ ਨੂੰ ਦੋਵੇਂ ਨੈਣ ਲੋਚ ਦੇਨੇ।
ਦਰਸ਼ਨ ਪਿਆਸੀ ਦਿਨ ਸਰਾਜਿਤ ਮੋਹਣ ਬੋਲ ਕਵਟ ਗੁਰ ਮੇਲਿਆ ਨਾਨਕ ਹਰ ਸੰਗ ਇਹਨਾਂ ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰਨੇ ਪ੍ਰੇਮ ਹੁੰਦਾ ਹੈ, ਪਿਆਰ ਹੁੰਦਾ ਹੈ। 15-20 ਦਿਨ ਹੋ ਗਏ ਕਿ ਬੀਬੀ ਆ ਗਈ ਆਪਣੇ ਬੱਚੇ ਨੂੰ, ਜਵਾਨ ਬੱਚੇ ਨੂੰ ਨਾਲ ਲੈ ਕੇ। ਕਦੇ ਨਹੀਂ ਆਈ ਸੀ, ਕਿਸੇ ਨੇ ਦੱਸਿਆ। ਉਹ ਕਹਿਣ ਲੱਗੀ, ਬਾਬਾ ਜੀ ਮੇਰਾ ਪਤੀ ਚੜ੍ਹਾਈ ਕਰ ਗਿਆ। ਆ ਕੇ ਇੱਥੇ ਰੋਣ ਲੱਗ ਗਈ ਉੱਚੀ ਉੱਚੀ। ਕਹਿਣ ਲੱਗੀ ਵੀ ਕੋਈ ਢਿੱਲਾ ਮੱਠਾ ਹੋਵੇ ਬੰਦਾ ਇਲਾਜ ਕਰਾਉਂਦਾ, ਕਿਤੇ ਡਾਕਟਰ ਕੋਲ ਲੈ ਕੇ ਜਾਂਦਾ,
ਕੋਈ ਬੜੇ ਹੀਲੇ ਵਸੀਲੇ ਕਰਦਾ ਬੰਦਾ, ਖੇਤ ਤੋਂ ਕਹਿੰਦੇ ਕੰਮ ਕਰਕੇ ਆਇਆ, ਆ ਕੇ ਥੋੜ੍ਹਾ ਮੋਟਾ ਜਲ ਪਾਣੀ ਛਕਿਆ, ਕਹਿਣ ਲੱਗਿਆ ਵੀ ਮੇਰੇ ਦਰਦ ਹੁੰਦਾ। ਬੱਚਿਆਂ ਨੇ ਗੱਡੀ ਦੇ ਵਿੱਚ ਪਾਇਆ, ਡਾਕਟਰ ਬੁਲਾਇਆ, ਪਹਿਲਾਂ ਤਾਂ ਇੱਥੇ ਦਿਖਾਇਆ, ਫਿਰ ਉਹਨੂੰ ਲਖਨਊ ਲੈ ਕੇ ਚੱਲੇ। ਅਤੇ ਰਾਹ ਦੇ ਵਿੱਚ ਜਾਂਦਿਆਂ ਜਾਂਦਿਆਂ ਬਰਬਰ ਕਹਿੰਦੇ ਪਾਰ ਨਹੀਂ ਹੋਏ, ਸਰੀਰ ਛੱਡ ਦਿੱਤਾ। ਦੋ ਮੇਰੇ ਪੁੱਤਰ ਹੈ, ਵੱਡਾ ਜਵਾਨ ਹੈ, ਛੋਟਾ ਹੈ, ਉਹ ਕਹਿੰਦੀ ਵੀ ਮੈਨੂੰ ਦਿਸਦਾ ਰਹਿੰਦਾ, ਵੀ ਮੈਨੂੰ ਉਹ ਦਿਸਦਾ ਹੀ ਰਹਿੰਦਾ ਹੈ, ਮੈਨੂੰ ਮੇਰਾ ਉਹਨੂੰ ਉਹਦਾ ਚੇਤਾ ਹੀ ਨਹੀਂ ਮੈਨੂੰ ਭੁੱਲਦਾ। ਆਪਸ ਮੈਂ ਪਤੀ ਪਤਨੀ ਦਾ ਪਿਆਰ ਹੁੰਦਾ। ਹੁਣ ਕਈ ਤਾਂ ਮੇਰੇ ਵਰਗੀਆਂ ਬੀਬੀਆਂ ਜਿਹੜੀਆਂ ਹੁੰਦੀਆਂ, ਰੋਜ਼ ਬੌਕਲ ਹੀ ਖੜੀ ਕਰੀ ਰੱਖਦੀਆਂ, ਲੜਾਈ ਕਰੀ ਜਾਂਦੀਆਂ, ਝਗੜਾ ਹੀ ਕਰੀ ਜਾਂਦੀਆਂ ਹੈ, ਵੀ ਉਹਨਾਂ ਨੂੰ ਪਤਾ ਵੀ ਕਿੱਥੋਂ ਧਨ ਕਮਾ ਕੇ ਲਿਆਉਣਾ, ਕਿਵੇਂ ਘਰ ਨੂੰ ਚਲਾਉਣਾ, ਕਿਵੇਂ ਬੱਚੇ ਪੜ੍ਹਾਉਣੇ ਨੇ, ਕਿਵੇਂ ਘਰ ਦੇ ਖਰਚੇ ਚਲਾਉਣੇ ਨੇ, ਕਿਵੇਂ ਫਸਲਾਂ ਪਾਲਣੀਆਂ, ਕਿਵੇਂ ਸਾਰੇ ਧੰਦੇ ਕਰਨੇ ਨੇ। ਕਹਿਣ ਲੱਗੀ ਵੀ ਇਹ ਬੱਚੇ ਨਾ ਸਮਝ ਹੈ, ਪੜ੍ਹਦੇ ਨੇ, ਇਹਨਾਂ ਨੂੰ ਪਤਾ ਨਹੀਂ ਕੋਈ ਵੀ ਕਿਵੇਂ ਖੇਤੀ ਕਰਨੀ ਹੈ, ਕਿਵੇਂ ਗੰਨਾ ਵੱਢਣਾ, ਕੀ ਕਰਨਾ। ਉਹ ਉਸੇ ਦੇ ਸਿਰ 'ਤੇ ਹੀ ਸਾਰਾ ਕੰਮ ਕਾਰਜ ਸੀਗਾ, ਸਾਰਾ ਕੰਮ ਧੰਦੇ ਉਹਦੇ ਸਿਰ 'ਤੇ ਸੀ। ਕਹਿਣ ਲੱਗੀ ਉਹ ਮੈਨੂੰ ਦਿਸਦਾ ਹੀ ਰਹਿੰਦਾ। ਮੈਂ ਕਿਹਾ ਵੀ ਵੇਖ ਬੀਬੀ, ਇਹ ਹੈ ਸਰੀਰ ਪੰਜਾਂ ਤੱਤਾਂ ਦਾ, ਤੇਰਾ ਮੋਹ ਸੀ ਸਰੀਰ ਦੇ ਨਾਲ, ਇਹ ਤਨ ਦੇ ਨਾਲ, ਅਤੇ ਇਹਦੇ ਤਨ ਦੇ ਅੰਦਰ ਰਹਿਣ ਵਾਲੀ ਆਤਮਾ ਉਹ ਅਮਰ ਹੋਇਆ ਕਰਦੀ, ਉਹ ਨਾ ਤੇਰੇ ਕੋਲ ਰਹਿ ਸਕਦੀ ਹੈ, ਹਾਂ ਉਹ ਤੇਰੀ ਯਾਦ ਹੈ, ਉਹ ਤੇਰਾ ਭਰੋਸਾ ਹੈ ਵੀ ਮੇਰਾ ਪਤੀ ਮੇਰੇ ਨਾਲ ਹੈ, ਉਹ ਤਾਂ ਤੇਰਾ ਭਰੋਸਾ ਹੈ। ਜੇ ਤੂੰ ਇਸ ਤਰ੍ਹਾਂ ਕਰਦੀ ਰਹੇਗੀ ਤਾਂ ਤੇਰੇ ਦਿਮਾਗ 'ਤੇ ਵੀ ਬੋਝ ਪੈ ਜਾਏਗਾ, ਪਾਗਲਪਨ ਹੋ ਜਾਏਗਾ ਤੈਨੂੰ, ਵੀ ਤੂੰ ਸੌਏਗੀ ਨਹੀਂ, ਤੈਨੂੰ ਨੀਂਦ ਹੀ ਨਹੀਂ ਆਏਗੀ, ਨਾ ਤੂੰ ਖਾਏਗੀ ਪੀਏਗੀ, ਸਮਝਾਉਣਾ ਹੀ ਹੈ, ਸਿੱਖਿਆ ਹੀ ਦੇਣੀ ਹੈ। ਮੈਂ ਉਹਨੂੰ ਕਿਹਾ ਵੀ ਇਹ ਤੂੰ ਖਿਆਲ ਤੈਨੂੰ ਇੱਕ ਦਿਨ ਛੱਡਣਾ ਹੀ ਪੈਣਾ, ਇਹ ਖਿਆਲ ਜਿਹੜਾ ਹੈ ਇਹ ਤੈਨੂੰ ਛੱਡਣਾ ਪੈਣਾ। ਕਹਿੰਦੇ ਵੀ ਭੁੱਲਦਾ ਹੀ ਨਹੀਂ, ਉਹ ਘਰੇ ਫਿਰਦਾ, ਟਰੈਕਟਰ ਚਲਾਉਂਦਾ, ਸਭ ਚੀਜ਼ਾਂ ਕਰਦਾ, ਉਵੇਂ ਮੈਨੂੰ ਦਿਸਦਾ ਰਹਿੰਦਾ। ਵੀ ਹਾਂ ਮੈਂ ਕਿਹਾ ਵੀ ਉਹ ਜ਼ਰੂਰ ਇਸ ਤਰ੍ਹਾਂ ਹੁੰਦਾ, ਪਰ ਇਹ ਚੀਜ਼ ਤੈਨੂੰ ਛੱਡਣੀ ਪੈਣੀ ਹੈ, ਉਹ ਤੈਨੂੰ ਆਪਣੇ ਆਪ ਹੀ ਛੱਡ ਜਾਏਗਾ, ਉਹ ਤੈਨੂੰ ਦਿਸਣੋਂ ਆਪਣੇ ਆਪ ਹੀ ਹਟ ਜਾਏਗਾ, ਜਦੋਂ ਤੂੰ ਆਪਣਾ ਮਨ ਮੋੜੇਗੀ ਵੀ ਮੇਰਾ ਪਤੀ ਚਿਖਾ 'ਤੇ ਚਿਣ ਰੱਖ ਕੇ ਉਹਨੂੰ ਅਗਨ ਭੇਟ ਕਰ ਦਿੱਤਾ, ਜਿੰਨੀ ਉਹਦੀ ਆਰਜਾ ਸੀ, ਜਿੰਨੇ ਉਹਦੇ ਸਵਾਸ ਸੀ, ਜਿੰਨਾ ਉਹਦਾ ਸਮਾਂ ਸੀ, ਉਹ ਮੇਰੇ ਨਾਲ ਭੋਗ ਗਿਆ ਅਤੇ ਹੁਣ ਉਹ ਚਲਾ ਗਿਆ। ਅਤੇ ਸਤਿਗੁਰੂ ਬਾਣੀ ਦੇ ਵਿੱਚ ਬਚਨ ਕਰਦੇ ਨੇ ਕਿ ਇਹ ਸੰਸਾਰ ਦੀ ਜਿਹੜੀ ਪ੍ਰੀਤ ਹੈ ਝੂਠੀ ਹੈ, ਇਹ ਸੰਸਾਰ ਦੀ ਜਿਹੜੀ ਪ੍ਰੀਤ ਹੈ ਝੂਠੀ ਹੈ। ਹਾਂ ਮੋਹ ਪਿਆਰ ਬੱਚਿਆਂ ਦਾ, ਜ਼ਮੀਨ ਜਾਇਦਾਦ ਧੰਦਿਆਂ ਧੰਧਾਰਿਆਂ ਦਾ ਨਾਲ ਹੋਇਆ ਕਰਦਾ, ਪਰ ਇਹ ਤਾਂ ਨਹੀਂ ਵੀ ਅਸੀਂ ਉਹਨੂੰ ਪਕੜ ਉਹਦੀ ਕਰਕੇ ਬੈਠ ਜਾਈਏ, ਉਹਦੇ ਨਾਲ ਪਕੜ ਹੀ ਬਣਾ ਕੇ ਬੈਠ ਜਾਈਏ, ਵੀ ਉਹਦਾ ਖੜਾ ਹੀ ਨਾ ਛੱਡੀਏ। ਅਤੇ ਇਸੇ ਕਰਕੇ ਹੀ ਮੈਂ ਉਹਨੂੰ ਸਮਝਾਇਆ ਵੀ ਅੰਤਕਾਲ ਇਸਤਰੀ ਸਿਮਰੈ ਐਸੀ ਚਿੰਤਾ, ਮੈਂ ਜੋ ਮਰੈ ਸੁਕਰ ਜੌਣ ਬਲ ਬਲ। ਕਹਿੰਦੇ ਨੇ ਮੈਂ ਇਹ ਵੀ ਤੂੰ ਤਾਂ ਆਪਣੇ ਪਤੀ ਦਾ ਸਿਮਰਨ ਕਰੀ ਜਾਂਦੀ, ਮੇਰਾ ਪਤੀ ਮੇਰਾ ਪਤੀ, ਪਰ ਕਿਉਂਕਿ ਇਹ ਸਰੀਰ ਨਾਸਵੰਤ ਹੈ, ਇਹਨੇ ਨਹੀਂ ਰਹਿਣਾ। ਵੱਡੇ ਵੱਡੇ ਗੁਰੂ ਪੀਰ ਪੈਗੰਬਰ ਔੜੀਏ ਆਏ, ਸਾਡੇ ਸਾਹਿਬਜ਼ਾਦੇ ਆਏ, ਪੰਜ ਪਿਆਰੇ ਆਏ, 40 ਮੁਕਤੇ ਆਏ, ਰੋਜ਼ ਅਸੀਂ ਅਰਦਾਸ ਸੁਣਦੇ, ਪੰਜ ਪਿਆਰੇ, 4 ਸਾਹਿਬਜ਼ਾਦੇ, 40 ਮੁਕਤੇ, ਹੱਠੀਆਂ ਜੱਪੀਆਂ ਤੱਪੀਆਂ ਸ਼ਹੀਦਾਂ, ਸਿੰਘਾਂ ਸਿੰਘਣੀਆਂ ਚੰਗੀਆਂ, ਮਹਾਂਪੁਰਸ਼ਾਂ ਦੀ ਕਮਾਈ ਦਾ ਧਿਆਨ ਕਰਕੇ ਕਿਉਂ ਇਹ ਕਿਹਾ ਜਾਂਦਾ ਹੈ, ਕਿਉਂ ਕਿਹਾ ਜਾਂਦਾ ਹੈ ਵੀ ਉਹਨਾਂ ਨੇ ਆਪਣੇ ਆਪ ਨੂੰ ਵਾਰਿਆ ਗੁਰੂ ਦੇ ਉੱਤੇ, ਕੁਰਬਾਨ ਕੀਤਾ। ਪੰਜਾਂ ਪਿਆਰਿਆਂ ਨੇ ਆਪਣੀ ਜ਼ਿੰਦਗੀ ਆਪਣੇ ਗੁਰੂ ਤੋਂ ਕੁਰਬਾਨ ਕੀਤੀ,
ਚਾਰ ਸਾਹਿਬਜ਼ਾਦਿਆਂ ਨੇ ਆਪਣੇ ਪਿਤਾ ਗੁਰੂ ਦੇ ਬਚਨ ਮੰਨੇ, ਵਾਰ ਦਿੱਤਾ ਪਰਿਵਾਰ ਗੁਰੂ ਨੇ, ਅਤੇ ਗੁਰਮੁਖ ਪਿਆਰਿਓ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਅਸੀਂ ਰੋਜ਼ ਪੜ੍ਹਦੇ ਹਾਂ ਵੀ ਉਹਨਾਂ ਨੇ ਕਿਹੜੀਆਂ ਕਿਹੜੀਆਂ ਕਮਾਈਆਂ ਕੀਤੀਆਂ, ਕਿਹੜੀਆਂ ਕਿਹੜੀਆਂ ਘਾਲਣਾ ਘਾਲੀਆਂ, ਕਿਹੜੇ ਕਿਹੜੇ ਜੰਗ ਯੁੱਧ ਲੜੇ। ਪਰ ਅੱਜ ਸਾਡੇ ਕੋਲ ਸਮਾਂ ਨਹੀਂ ਹੈ ਵੀ ਅਸੀਂ ਸੇਵਾ ਕਰ ਸਕੀਏ, ਸਿਮਰਨ ਕਰ ਸਕੀਏ, ਕੋਈ ਆਪਣੇ ਸਵਾਸਾਂ ਦਾ ਹਿੱਸਾ ਕੋਈ ਕਿਸੇ ਪਾਸੇ ਪਾ ਸਕੀਏ। ਇਹ 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 ਸਾਡੇ ਵਿੱਚ ਘਾਟ ਆਉਂਦੀ ਜਾਂਦੀ ਹੈ, ਘਾਟ ਆਉਂਦੀ ਜਾਂਦੀ ਹੈ। ਅਤੇ ਮੈਂ ਕਿਹਾ ਵੀ ਬੀਬੀ ਆਪਣੇ ਬੱਚਿਆਂ ਵਿੱਚ ਮੋਹ ਪਾ, ਆਪਣੇ ਪੁੱਤਰ ਨੂੰ ਵਿਆਹ ਨੋ ਲਿਆ, ਪੋਤਰਾ ਹੋਏਗਾ, ਬੱਚੇ ਤੇਰੀ ਸੱਸ ਸਹੁਰਾ ਬੈਠੇ ਨੇ, ਉਹਨਾਂ ਦੀ ਸੇਵਾ ਕਰ। ਪਰ ਜਿੰਨੇ ਉਹਦੇ ਸਵਾਸ ਸੀ ਉਹ ਭੋਗ ਕਰਕੇ ਚਲਾ ਗਿਆ, ਕਿਉਂਕਿ ਬਾਣੀ ਕਹਿੰਦੀ ਹੈ ਕਬੀਰ ਇਹ ਤਨ ਜਾਏਗਾ, ਇਹ ਤਨ ਇੱਕ ਦਿਨ ਜਾਣਾ ਹੀ ਜਾਣਾ, ਇਹਨੇ ਨਹੀਂ ਰਹਿਣਾ। ਲਿਹੋ ਤਾਂ ਸਕਹੋ ਬਹੋਰ, ਕਹਿੰਦੇ ਨੇ ਇਹਨੂੰ ਕੋਈ ਮੋੜ ਹੀ ਨਹੀਂ ਸਕਦਾ, ਇਹਨੂੰ ਕੋਈ ਰੱਖ ਹੀ ਨਹੀਂ ਸਕਦਾ, ਰੱਖ ਹੀ ਨਹੀਂ ਸਕਦਾ। ਇਸ ਕਰਕੇ ਗੁਰੂ ਸਾਨੂੰ ਵਾਰ ਵਾਰ ਸਮਝਾਉਂਦਾ, ਵਾਰ ਵਾਰ ਉਪਦੇਸ਼ ਕਰਦਾ ਵੀ ਜਦੋਂ ਬੰਦਾ ਬੱਚੇ ਜਵਾਨ ਹੋ ਜਾਣ ਉਹਨਾਂ ਨੂੰ ਜ਼ਿੰਮੇਵਾਰੀ ਦੇਵੇ, ਆਪ ਆਪਣਾ ਰੱਬ ਸਿਮਰਨ ਭਜਨ ਬੰਦਗੀ ਵਾਲੇ, ਭਾਈ ਤੁਸੀਂ ਚੰਗਾ ਕਰ ਲਓ ਤੁਹਾਡਾ ਹੈ, ਮਾੜਾ ਕਰ ਲਓ ਤੁਹਾਡਾ, ਤੁਸੀਂ ਕਰਨਾ। ਹੁਣ ਅਸੀਂ ਬਜ਼ੁਰਗ ਹੋ ਗਏ ਹਾਂ, ਤੁਹਾਨੂੰ ਅਸੀਂ ਦਸ ਦਸ ਪੰਦਰਾਂ ਪੰਦਰਾਂ ਸਾਲ ਪਾਲ ਕੇ ਵਿਆਹ ਕੇ ਦੀਵਾਨ ਕਰ ਦਿੱਤਾ, ਅਤੇ ਹੁਣ ਸਾਡੀ ਵਾਰੀ, ਅਸੀਂ ਹੁਣ ਬੈਠ ਕੇ ਬਜ਼ੁਰਗ ਹੋ ਗਏ ਹਾਂ, ਭਜਨ ਬੰਦਗੀ ਕਰੀਏ, ਸਿਮਰਨ ਕਰੀਏ, ਗੁਰੂ ਧਾਮਾਂ ਦੇ ਦਰਸ਼ਨ ਦਾਰੇ ਕਰੀਏ, ਇਹ 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 ਹਿੱਸਾ ਇਹ ਸਮਾਂ ਸਾਡੇ 'ਤੇ ਕਦੋਂ ਆਏਗਾ। ਇਸ ਕਰਕੇ ਸਾਨੂੰ ਇਹ ਸਾਡੇ ਮਨ ਅੰਦਰ ਇਹ ਵਿਚਾਰ ਹੋਣੀ ਚਾਹੀਦੀ ਹੈ, ਵਿਚਾਰ ਹੋਣੀ ਚਾਹੀਦੀ। ਬੜੇ ਪ੍ਰੇਮ ਦੇ ਨਾਲ ਉਹਨੂੰ ਸਮਝਾਇਆ, ਬਾਣੀ ਵਾਲੇ ਪਾਸੇ, ਸੇਵਾ ਸਿਮਰਨ ਵਾਲੇ ਪਾਸੇ ਜਦੋਂ ਤੂੰ ਆਪਣਾ ਮਨ ਲਾਏਗੀ, ਤੇਰਾ ਵੀ ਭਲਾ ਅਤੇ ਤੇਰੇ ਪਤੀ ਦਾ ਵੀ ਭਲਾ ਹੋਏਗਾ, ਤੇਰੇ ਪਤੀ ਦਾ ਵੀ ਭਲਾ ਹੋਏਗਾ ਅਤੇ ਤੇਰਾ ਵੀ ਭਲਾ ਹੋਏਗਾ। ਨਹੀਂ ਤਾਂ ਫਿਰ ਇੱਥੇ ਹੀ ਉਹ ਭੜਕਦਾ ਫਿਰੇਗਾ। ਬਾਣੀ ਕਹਿੰਦੀ ਹੈ ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੇ ਜੋ ਮਰੈ, ਪ੍ਰੇਤ ਜੋਨ ਬਲ ਬਲ ਉਤਰੈ। ਮੈਂ ਕਿਹਾ ਬੀਬੀ ਉਹ ਤੇਰੇ ਫੁਰਨਿਆਂ ਕਰਕੇ, ਤੇਰੇ ਧਿਆਨ ਕਰਕੇ, ਤੇਰੇ ਪ੍ਰੇਮ ਕਰਕੇ ਇੱਥੇ ਪ੍ਰੇਤ ਬਣ ਕੇ ਪ੍ਰੇਤ ਦੀਆਂ ਜੂਨਾਂ ਦੇ ਵਿੱਚ ਭੜਕਦਾ ਫਿਰੇਗਾ, ਉਹਦਾ ਭਲਾ ਨਹੀਂ ਹੋਏਗਾ, ਉਹਦਾ ਪਾਰ ਉਤਾਰਾ ਨਹੀਂ ਹੋਏਗਾ। ਇਹ ਤੈਨੂੰ ਮੋਹ, ਇਹ ਤੈਨੂੰ ਪਿਆਰ, ਇਹ ਤੈਨੂੰ ਭਰਮ ਦੂਰ ਕਰਨਾ ਪੈਣਾ ਹੈ, ਕਿਉਂਕਿ ਜਿੰਨਾ ਚਿਰ ਉਹਦੇ ਤਨ ਦੇ ਨਾਲ ਤੇਰਾ ਸੰਬੰਧ ਸੀ ਉਹ ਭੋਗ ਕੇ ਚਲਾ ਗਿਆ, ਅਤੇ ਤੈਨੂੰ ਜੋ ਜ਼ਮੀਨ ਜਾਇਦਾਦ ਘਰ ਬੂਆ ਬਣਾ ਕੇ ਦੇ ਗਿਆ, ਕਿਉਂਕਿ ਤੇਰੇ ਨਾਲ ਇੰਨਾ ਚਿਰ ਹੀ ਸਮਾਂ ਸੀ ਉਹਦਾ ਇੰਨਾ ਚਿਰ। ਪਰ ਹੁਣ ਰੋਇਆ ਕੁਝ ਨਹੀਂ ਬਣਦਾ, ਵਿਰਲਾਪ ਕੀਤਿਆਂ ਕੁਝ ਨਹੀਂ ਬਣਦਾ, ਨਾ ਉਹ ਮੁੜ ਕੇ ਆਉਣਾ, ਕਿਉਂਕਿ ਇੱਥੇ ਤਾਂ ਵੱਡੇ ਵੱਡੇ ਰਾਜੇ ਮਹਾਰਾਜੇ ਸੰਸਾਰ ਦੇ ਵਿੱਚੋਂ ਚਲੇ ਗਏ। ਬੜੀਏ ਪਿਆਰ ਦੇ ਕਈ ਵੱਡੇ ਵੱਡੇ ਦੁਨੀਆ ਦੇ ਰਾਜੇ ਖਾਲੀ ਹੱਥ ਤੁਰ ਗਏ ਪਿਆਰਿਆ, ਵੱਡੇ ਵੱਡੇ ਦੁਨੀਆ ਦੇ ਰਾਜੇ ਉਹ ਖਾਲੀ ਹੱਥ ਤੁਰ ਗਏ ਪਿਆਰਿਆ, ਵੱਡੇ ਵੱਡੇ ਕਈ ਵੱਡੇ ਵੱਡੇ ਦੁਨੀਆ ਦੇ ਰਾਜੇ, ਦੁਨੀਆ ਦੇ ਰਾਜੇ ਖਾਲੀ ਹੱਥ ਤੁਰ ਕੇ ਪਿਆਰਿਆ, ਵੱਡੇ ਵੱਡੇ ਦੁਨੀਆ ਦੇ ਰਾਜੇ
ਖਾਲੀ ਹੱਥ ਤੁਰ ਕੇ ਪਿਆਰਿਆ ਖਾਲੀ ਹੱਥ ਤੁਰ ਕੇ ਪਿਆਰਿਆ ਉਹ ਖਾਲੀ ਹੱਥ ਤੁਰ ਕੇ ਪਿਆਰਿਆ ਉਹ ਖਾਲੀ ਹੱਥ ਜਾਂਦੇ ਦੇਖ ਲੈ ਖਾਲੀ ਹੱਥ ਜੀ ਤੁਰ ਕੇ ਪਿਆਰਿਆ ਕਈ ਵੱਡੇ ਵੱਡੇ ਦੁਨੀਆਂ ਦੇ ਰਾਜੇ ਖਾਲੀ ਹੱਥ ਤੁਰ ਕੇ ਪਿਆਰਿਆ ਵੱਡੇ ਵੱਡੇ ਦੁਨੀਆਂ ਦੇ ਰਾਜੇ ਖਾਲੀ ਹੱਥ ਤੁਰ ਕੇ ਪਿਆਰਿਆ ਵੱਡੇ ਵੱਡੇ ਪਿਆਰ ਵੱਡੇ ਵੱਡੇ ਰਾਜੇ ਮਹਾਰਾਜੇ ਆਏ ਉਹਨਾਂ ਨੂੰ ਇੱਕ ਦਿਨ ਰਾਜ ਪਾਗ ਸਭ ਚੀਜ਼ਾਂ ਛੱਡ ਕਰਕੇ ਸੰਸਾਰ ਤੋਂ ਜਾਣਾ ਪਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਕਾਰੂ ਬਾਦਸ਼ਾਹ ਦੇ ਪਾਤਸ਼ਾਹ ਗਏ ਨਾ, ਬੜਾ ਕੱਟੜ ਸੀ ਉਹ ਰਾਜਾ। ਮੁਰਦਿਆਂ ਦੇ ਮੁੱਖ ਦੇ ਵਿੱਚੋਂ ਮੁਸਲਮਾਨਾਂ ਦਾ ਧਰਮ ਹੈ ਕਿ ਕਬਰਾਂ ਦੇ ਵਿੱਚ ਮਾਇਆ ਧਨ ਵੀ ਰੱਖਦੇ ਨੇ ਉਹ ਲਾਲ, ਅਤੇ ਇਤਿਹਾਸ ਦੱਸਦਾ ਵੀ ਉਹਨਾਂ ਦੀ ਕਬਰਾਂ ਦੇ ਵਿੱਚੋਂ ਵੀ ਉਹਨੇ ਮਾਇਆ ਕੱਢ ਲਈ, ਇੰਨੀ ਮਾਇਆ ਇਕੱਠੀ ਕਰ ਲਈ ਜਿੱਥੇ ਕਬਰਾਂ ਦੇ ਵਿੱਚੋਂ। ਕੋਈ ਕਵੀ ਕਹਿੰਦਾ 40 ਗੰਜ ਮਾਇਆ ਜੋੜੀ, 40 ਗੰਜ ਮਾਇਆ ਜੋੜ ਕਰਕੇ ਇਕੱਠਾ ਕਰਕੇ ਆਪਣੇ ਆਪ ਨੂੰ ਨਾ ਕੱਢਤਾ ਵੀ ਸੰਸਾਰ ਦੇ ਵਿੱਚੋਂ ਸਭ ਤੋਂ ਅਮੀਰ ਰਾਜਾ ਮੈਂ ਹਾਂ, ਅਮੀਰ ਰਾਜਾ ਮੈਂ ਹਾਂ। ਅਤੇ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਕੋਲ, ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਕਾਰੂ ਇਹ ਧਨ ਤੇਰੇ ਨਾਲ ਨਹੀਂ ਜਾਣਾ, ਜੋ ਤੂੰ ਮਾਇਆ ਪਾਪ ਦੀ ਇਕੱਠੀ ਕਰੀ ਜਾਂਦਾ ਲੋਕਾਂ ਨੂੰ ਲੁੱਟ ਕੇ ਮਾਰ ਕੇ ਕਬਰਾਂ ਦੇ ਵਿੱਚੋਂ ਖੋਦ ਖੋਦ ਕੇ ਕਢਾਈ ਜਾਂਦਾ, ਇਹ ਵਸਤੂਆਂ ਤੇਰੇ ਨਾਲ ਨਹੀਂ ਜਾਣ ਵਾਲੀਆਂ, ਇਹ ਤਾਂ ਸੰਸਾਰ ਦੇ ਵਿੱਚ ਰਹਿਣ ਵਾਲੀਆਂ, ਨਾ ਜ਼ਮੀਨ ਜਾਇਦਾਦ ਘਰ ਪਰਿਵਾਰ ਧੀਆਂ ਪੁੱਤਰ ਭੈਣ ਭਾਈ ਸਾਖ ਸੰਬੰਧੀ ਮਾਂ ਬਾਪ ਜਹਿਮਾਤ ਪਿਤਾ ਸੁੱਤ ਮੀਤ ਨਾ ਭਾਈ ਮਨ ਊਹਾਂ ਨਾਮ ਤੇਰੇ ਸੰਗ ਸਹਾਈ ਜੈ ਮਹਾਂ ਪਿਆਣ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜਹਿ ਮੁਸ਼ਕਿਲ ਹੋਵੈ ਅਤ ਭਾਰੀ ਹਰ ਕੋ ਨਾਮ ਖਿੰਨ ਮਾਹਿ ਉਧਾਰੀ ਅਨਕ ਪੁਨਹਿ ਚਰਨ ਕਰਤਨੀ ਤਰੈ ਹਰ ਕੋ ਨਾਮ ਕੋਟ ਪਾਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਕੇਵਲ ਅਤੇ ਕੇਵਲ ਤੇਰੇ ਨਾਲ ਨਾਮ ਜਾਏਗਾ, ਕੇਵਲ ਨਾਮ ਤੇਰੇ ਨਾਲ ਜਾਏਗਾ। ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵਹੋ
ਸੁੱਖ ਕਨੇਰੇ। ਨਾਮ ਦੇ ਨਾਲ ਤੈਨੂੰ ਇੱਥੇ ਵੀ ਸੁੱਖ ਮਿਲੇਗਾ ਅਤੇ ਨਾਮ ਦੇ ਨਾਲ ਅੱਗੇ ਵੀ ਸੁੱਖ ਮਿਲੇਗਾ। ਨਾਮ ਨਾ ਕੋਈ ਚਰਾ ਸਕਦਾ ਹੈ, ਨਾ ਪਾਣੀ ਡੋਬ ਸਕਦਾ, ਨਾ ਅੱਗ ਇਹਨੂੰ ਸਾੜ ਸਕਦੀ ਹੈ। ਗੁਰਮੁਖ ਪਿਆਰਿਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਉਸ ਪਰਮਾਤਮਾ ਦਾ, ਅੱਲਾਹ ਤਾਲਾ ਦਾ, ਖੁਦਾ ਦਾ ਜਿਹੜਾ ਨਾਮ ਹੈ ਉਹ ਤੇਰੇ ਨਾਲ ਜਾਏਗਾ, ਹੋਰ ਵਸਤੂ ਕੋਈ ਤੇਰੇ ਨਾਲ ਨਹੀਂ ਜਾਏਗਾ। ਤਾਂ ਗੁਰਮੁਖ ਪਿਆਰੇ, ਉਸ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗਿਆਨ ਕਰਾਉਣ ਵਾਸਤੇ ਇੱਕ ਸੂਈ ਦੀ ਉਦਾਹਰਣ ਦੇ ਦਿੱਤੀ ਵੀ ਲੋਹੇ ਦੀ ਸੂਈ ਹੈ, ਰੱਬੀਆ ਤਾਂ ਤੇਰਾ, ਮੋਹਰ ਤਾਂ ਤੇਰੀ ਬਹੁਤ ਵੱਡੀ ਹੋਏਗੀ, ਇਹਨੂੰ ਤਾਂ ਬਹੁਤ ਸਾਰਾ ਜਿਹੜਾ ਕੋਈ ਪਦਾਰਥ ਲੱਗਿਆ ਇਹ ਬਹੁਤ ਹੋਏਗਾ, ਇਹਦਾ ਬੜਾ ਵਜ਼ਨ ਹੋਏਗਾ। ਛੋਟੀ ਜਿਹੀ ਸੂਈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੱਢ ਕੇ ਕਾਰੂ ਦੇ ਅੱਗੇ, ਬਾਦਸ਼ਾਹ ਦੇ ਅੱਗੇ ਰੱਖ ਦਿੱਤੀ। ਕਵੀ ਕਹਿੰਦਾ, ਕਾਰੂ ਨੂੰ ਦੇਖ ਕੇ ਸੂਈ ਦਿਲ ਵਿੱਚੋਂ ਕੱਢਤੀ ਦੂਈ, ਕਹਿੰਦੇ ਦਵੈਤ ਕੱਢਤੀ, ਜਿਹੜਾ ਉਹਦੇ ਮਨ ਅੰਦਰ ਭਰਮ ਪਿਆ ਸੀ ਨਾ ਵੀ ਮੈਂ ਇਹ ਸਭ ਚੀਜ਼ਾਂ ਨਾਲ ਲੈ ਕੇ ਜਾਵਾਂਗਾ, ਉਹ ਭਰਮ ਕੱਢਿਆ, ਉਦੋਂ ਸਾਨੂੰ ਭਰਮ ਹੀ ਪਿਆ ਹੋਇਆ। ਸੂਈ ਦਿਖਾ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਕਾਰੂ ਇਹ ਤੇਰੇ ਤੋਂ ਦਰਗਾਹ ਦੇ ਵਿੱਚ ਅਸੀਂ ਲਵਾਂਗੇ, ਇਹ ਮਾਤ ਲੋਕ 'ਤੇ ਤੈਨੂੰ ਦੇਣ ਲੱਗੇ ਹਾਂ ਅਤੇ ਦਰਗਾਹ ਦੇ ਵਿੱਚ ਲਵਾਂਗੇ। ਤਾਂ ਗੁਰਮੁਖ ਪਿਆਰਿਓ, ਰਾਜੇ ਨੇ ਲੈ ਕਰਕੇ ਆਪਣੇ ਵਜ਼ੀਰਾਂ ਨੂੰ, ਅਹਿਲਕਾਰਾਂ ਨੂੰ ਇਕੱਤਰ ਕੀਤਾ, ਇਕੱਠਿਆ ਕੀਤਾ ਵੀ ਇਹ ਸੂਈ ਕਿਵੇਂ ਮੇਰੇ ਨਾਲ ਜਾਏਗੀ। ਸਾਰਿਆਂ ਨੇ ਹੱਥ ਖੜ੍ਹੇ ਕਰ ਦਿੱਤੇ, ਅਹਿਲਕਾਰਾਂ ਨੇ, ਸਿਆਣੇ ਜਿਹੜੇ ਸਲਾਹਕਾਰ ਸੀ, ਰਾਜਪਾਗ ਚਲਾਉਣ ਵਾਲੇ ਵਜ਼ੀਰ ਸੀ, ਉਹਨਾਂ ਨੇ ਵੀ ਜਵਾਬ ਦੇ ਦਿੱਤਾ, ਕਹਿੰਦੇ ਨੇ, ਰਾਜਨ ਇਹ ਤੇਰੀ ਦੇਹੀ ਜਦੋਂ ਪ੍ਰਾਣ ਛੱਡੇਗੀ ਉਸ ਤੋਂ ਬਾਅਦ ਤੇਰੀ ਦੇਹੀ ਨੂੰ ਕਬਰ ਦੇ ਵਿੱਚ ਦਫਨਾਇਆ ਜਾਣਾ, ਕਬਰ ਦੇ ਵਿੱਚ ਦਫਨਾਇਆ ਜਾਣਾ, ਤੇਰੀ ਦੇਹ ਤਾਂ ਇੱਥੇ ਰਹੇਗੀ। ਜਿਹਨੇ ਇਹ ਵਸਤੂ ਪ੍ਰਾਪਤ ਕਰਨੀ ਹੈ, ਜਿਹਨੇ ਇਹ ਫੜਨੀ ਹੈ ਸੂਈ, ਇਹ ਤਾਂ ਦੇਹ ਤਾਂ ਇੱਥੇ ਰਹੇਗੀ, ਇਹ ਤਾਂ ਪੰਜਾਂ ਤੱਤਾਂ ਦਾ ਪੁਤਲਾ, ਪੰਜ ਤੱਤ ਕੋ ਤਨ ਰਚਿਓ, ਜਾਨੋ ਚਤਰ ਸੁਜਾਨ, ਜਹਤੇ ਉਪਜੋ ਨਾਨਕਾ ਲੀਨ ਤਾਹੇ ਮੈਂ ਮਾਣ। ਕਹਿਣ ਲੱਗੇ, ਜਦੋਂ ਤੈਨੂੰ ਕਬਰ ਦੇ ਵਿੱਚ ਪਾਇਆ ਗਿਆ, ਉਸ ਮਿੱਟੀ ਨੇ ਤੇਰੇ ਮਾਸ ਹੱਡੀਆਂ ਨੂੰ ਸਭ ਨੂੰ ਗਾਲ ਦੇਣਾ, ਪਾਣੀ ਦੇ ਵਿੱਚ ਪਾਣੀ ਆਪਣੇ ਆਪ ਮਿਲ ਜਾਏਗਾ, ਹਵਾ ਦੇ ਵਿੱਚ ਹਵਾ ਮਿਲੇਗੀ, ਗੁਰਮੁਖ ਪਿਆਰੇ ਆਕਾਸ਼ ਦੇ ਵਿੱਚ ਆਕਾਸ਼ ਮਿਲੇਗਾ, ਸਰੀਰ ਰੂਪੀ ਮਿੱਟੀ ਦੇ ਵਿੱਚ ਮਿੱਟੀ ਮਿਲ ਜਾਏਗੀ, ਕੋਈ ਚੀਜ਼ ਤੇਰੀ ਆਤਮਾ ਨਿਕਲ ਕੇ ਜਾਏਗੀ, ਉਹ ਕੋਈ ਵਸਤੂ ਲਿਜਾ ਨਹੀਂ ਸਕਦੀ ਤੂੰ, ਉਹ ਵਸਤੂ ਕੋਈ ਲਿਜਾ ਨਹੀਂ ਸਕਦੀ ਨਾਲ। ਜਦੋਂ ਸਲਾਹਕਾਰਾਂ ਨੇ ਗਿਆਨ ਕਰਾਇਆ, ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਵੀ ਇਹ ਤੇਰੇ ਤੋਂ ਦਰਗਾਹ ਦੇ ਵਿੱਚ ਲਵਾਂਗੇ ਸੂਈ। ਅਤੇ ਹੁਣ ਆਪਾਂ ਵੀ ਸੋਚ ਲਈਏ ਵੀ ਆਪਾਂ ਕੀ ਕਰੀ ਜਾਂਦੇ ਹਾਂ, ਵੀ ਆਪਣੇ ਨਾਲ ਵੀ ਕੋਈ ਚੀਜ਼ ਜਾ ਸਕਦੀ ਹੈ ਅਤੇ ਨਹੀਂ ਜਾ ਸਕਦੀ, ਵਿਚਾਰ ਕਰਨੀ ਪਏਗੀ ਇਸ ਗੱਲ ਦੀ, ਕਿਉਂਕਿ ਕੇਵਲ ਅਤੇ ਕੇਵਲ ਸੇਵਾ ਸਤਸੰਗ ਦੀਆਂ ਘੜੀਆਂ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦਿ ਭਗਤਨ ਸੇਤੀ ਗੋਸ਼ਟੇ ਜੋ ਕਿਨੋ ਸੋ ਲਾਭ। ਇਹ ਲਾਭ ਦੀਆਂ ਘੜੀਆਂ ਜਿੱਥੋਂ ਸਾਨੂੰ ਆ ਕੇ ਗਿਆਨ ਪ੍ਰਾਪਤ ਹੁੰਦਾ, ਸੋਝੀ ਪ੍ਰਾਪਤ ਹੁੰਦੀ ਹੈ। ਅਤੇ ਕਾਰੂ ਬਾਦਸ਼ਾਹ ਹੱਥ ਜੋੜ ਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਅੱਗੇ ਖੜ੍ਹ ਗਿਆ, ਮਹਾਰਾਜ ਮੈਂ ਤਾਂ ਆਪਣਾ ਸਰੀਰ ਨਹੀਂ ਲਿਜਾ ਸਕਦਾ, ਜਿਹੜਾ ਮੇਰੇ ਨਾਲ ਪੈਦਾ ਹੋਇਆ, ਇਹ ਸਰੀਰ ਸਾਡੇ ਨਾਲ ਪੈਦਾ ਹੋਇਆ, ਇਹ ਸਰੀਰ ਆਤਮਾ ਦੇ ਨਾਲ ਪੈਦਾ ਹੋਇਆ, ਇਹ ਨਹੀਂ ਮੈਂ ਆਪਣੇ ਨਾਲ ਲਿਜਾ ਸਕਦਾ, ਅਤੇ ਸੂਈ ਕਿੱਥੋਂ ਲੈ ਜਾਵਾਂਗਾ, ਸੂਈ ਕਿੱਥੋਂ ਲੈ ਜਾਵਾਂਗਾ, ਸੂਈ ਕਿੱਥੋਂ ਲੈ ਜਾਵਾਂਗਾ। ਗੁਰਮੁਖ ਪਿਆਰਿਓ, ਜੰਮਣ ਤੋਂ ਲੈ ਕੇ ਮਰਨ ਤਿਕਰ ਦਾ ਜਿਹੜਾ ਸਫ਼ਰ ਹੈ ਬੰਦੇ ਦਾ, ਇਹ ਤਨ ਦੇ ਨਾਲ ਹੀ ਹੈ, ਤਨ ਦੇ ਨਾਲ। ਜਿੰਨਾ ਚਿਰ ਇਹਦੇ ਕੋਲ ਤਨ ਹੈ, ਉਹਨਾਂ ਚਿਰ ਜਨਮ ਤੋਂ ਲੈ ਕੇ ਮਰਨ ਤਿਕਰ ਇਹ ਆਪਣਾ ਸਫ਼ਰ ਕਰਨ ਵਾਸਤੇ ਆਇਆ ਜ਼ਿੰਦਗੀ ਦਾ, ਅਤੇ ਜਦੋਂ ਮਰ ਗਿਆ, ਤੂੰ ਕੌਣ ਮੈਂ ਕੌਣ ਪਤਾ ਨਹੀਂ ਕਿੱਧਰ ਗਿਆ। ਅਤੇ ਤਾਂ ਕਵੀ ਕਹਿੰਦਾ, ਕਾਰੂ ਨੂੰ ਦੇ ਕੇ ਸੂਈ ਦਿਲ ਵਿੱਚੋਂ ਕੱਢਤੀ ਦੂਈ, ਚਾਲੀ ਗੰਜ ਮਾਇਆ ਜੋੜੀ ਕਾਰੂ ਲੁਟਾਈ ਜਾਂਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਮਹਾਰਾਜ ਹੁਣ ਮੈਂ ਕੀ ਕਰਾਂ, ਵੀ ਇੰਨਾ ਧਨ ਮੈਂ ਇਕੱਠਾ ਕਰਕੇ ਰੱਖ ਦਿੱਤਾ। ਕਹਿਣ ਲੱਗੇ ਵੀ ਜਿਵੇਂ ਤੂੰ ਲੁੱਟਿਆ ਦੇਸ਼ ਦੇ ਵਿੱਚੋਂ, ਉਵੇਂ ਇਹਨੂੰ ਵਰਤਾ ਦੇ, ਇਹਨੂੰ ਵੰਡ ਦੇ। ਫਿਰ ਕਾਰੂ ਬਾਦਸ਼ਾਹ ਨੇ ਉਸ ਧਨ ਨੂੰ ਵੰਡ ਦਿੱਤਾ।
ਉਹਦੇ ਜਿਹੜੇ ਪਾਪ ਕਰਮ ਸੀ ਜਿਹੜੇ ਮਾੜੇ ਕਰਮ ਸੀ ਉਹ ਕੱਟੇ ਗਏ। ਸਤਿਗੁਰ ਕਾ ਬਚਨ ਕੱਟੈ ਕੋਟ ਕਰਮ, ਕਹਿੰਦੇ ਨੇ ਕਰੋੜਾਂ ਕਰਮ ਗੁਰੂ ਦਾ ਬਚਨ ਕੱਟ ਦਿੰਦਾ, ਮਾੜੇ ਕਰਮ ਜਿਹੜੇ ਹੈ ਉਹ ਕੱਟਦਾ। ਅਤੇ ਗੁਰਮੁਖ ਪਿਆਰਿਓ, ਕਾਰੂ ਬਾਦਸ਼ਾਹ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗਿਆਨ ਕਰਾਇਆ, ਸੋਝੀ ਕਰਾਈ, ਅਤੇ ਫਿਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨੂੰ ਸਮਝਾਉਣ ਲੱਗੇ ਵੀ ਇਹ ਚੀਜ਼ਾਂ ਵਸਤੂਆਂ ਨਾਲ ਇਹ ਸੰਸਾਰ ਤਿਕਰ ਸੀਮਤ ਹੈ, ਇਹ ਜਿੰਨਾ ਚਿਰ ਸੰਸਾਰ ਹੈ ਹਾਂ ਹੋਣੀਆਂ ਚਾਹੀਦੀਆਂ, ਧੀਆਂ ਪੁੱਤਰ ਬਾਲ ਪਰਿਵਾਰ ਬੱਚੇ ਯੋਗ ਅਨੁਸਾਰ ਇਹਦੇ ਕੋਲ ਧਨ ਹੋਣਾ ਚਾਹੀਦਾ, ਘਰ ਜ਼ਮੀਨ ਜਾਇਦਾਦ, ਬੰਦਾ ਭੁੱਖਾ ਨਾ ਮਰਦਾ ਫਿਰੇ, ਦੂਜਿਆਂ ਅੱਗੇ ਹੱਥ ਨਾ ਅੱਡਦਾ ਫਿਰੇ, ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਕਿਰਤ ਕਮਾਈ ਕਰੋ, ਮਿਹਨਤ ਕਰੋ, ਉਪਰਾਲੇ ਕਰੋ, ਵੱਡੇ ਵੱਡੇ ਸੇਵਾ ਸਿਮਰਨ ਸਤਸੰਗ ਦੀਆਂ ਘੜੀਆਂ, ਇਹ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ, ਕਿਉਂਕਿ ਇਹਦੇ ਵਾਸਤੇ ਸਾਨੂੰ ਇਹ ਤਨ ਦਿੱਤਾ। ਕਿਰਤ ਬਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਏ, ਕਹਿੰਦੇ ਧਰਮ ਦੀ ਕਿਰਤ ਕਰ, ਧਰਮੀ ਬਣੀਏ। ਗੁਰਮੁਖ ਪਿਆਰਿਓ, ਜਿਸ ਬੰਦੇ ਕੋਲ ਧਰਮ ਹੈ ਅਤੇ ਗੁਰਮੁਖ ਪਿਆਰਿਓ ਉਹਦੇ ਕੋਲ ਰਾਜ ਭਾਗ ਵੀ ਹੈ, ਉਹਦੇ ਕੋਲ ਸੁੱਖ ਸੁਵਿਧਾ ਵੀ ਸਾਰੀਆਂ ਹਨ। ਇਸ ਕਰਕੇ ਸਤਿਗੁਰੂ ਵਾਰ ਵਾਰ ਸਾਨੂੰ ਉਪਦੇਸ਼ ਦਿੰਦੇ ਨੇ ਕਿ ਹੇ ਭਾਈ ਪ੍ਰਾਨੀ, ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫਕੜੇ, ਸਭ ਮੁਕਦੇ ਚੱਲੀ ਰਹਿਣ, ਸੰਸਾਰ ਦੇ ਵਿੱਚ ਜੀਵ ਲਾਹਾ ਲੈਣ ਵਾਸਤੇ ਆਇਆ। ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਬਚਨ ਕਰਿਆ ਕਰਦੇ ਸਨ, ਉਹਨਾਂ ਕੋਲ ਕੀਰਤਨੀਏ ਕੀਰਤਨ ਕਰਨ ਵਾਸਤੇ ਆ ਗਏ। ਗੁਰਮੁਖ ਪਿਆਰੇ ਸ਼ਬਦ ਪੜ੍ਹੀ ਜਾਂਦੇ ਸੀ, ਪੱਖਾ ਫੇਰਾਂ ਪਾਣੀ ਢੋਵਾਂ, ਹਰ ਜਨ ਕੈ ਪੀਸਣ ਪੀਸਕ ਮਾਵਾਂ, ਇਹ ਸ਼ਬਦ ਪੜ੍ਹੀ ਜਾਣ। ਬਾਬਾ ਜੀ ਨੇ ਆਵਾਜ਼ ਮਾਰ ਕੇ ਕਹਿਣ ਲੱਗੇ, ਰਾਗਾ ਸਿਆਂ ਰਾਗਾ ਸਿਆਂ, ਕੀਰਤਨ ਬੰਦ ਕਰ ਦੇ, ਸ਼ਬਦ ਬੰਦ ਕਰ ਦੇ। ਹੁਣ ਆਨੰਦ ਨਹੀਂ ਆ ਰਿਹਾ ਸੀ, ਰਸ ਨਹੀਂ ਵੱਜ ਰਿਹਾ ਸੀ, ਅਤੇ ਸਤਿਗੁਰੂ ਮਹਾਂਪੁਰਖ ਕਹਿਣ ਲੱਗੇ, ਉਹਨਾਂ ਕੀਰਤਨੀ ਵਾਲਿਆਂ ਨੂੰ ਭਾਈ ਕਦੇ ਪਾਣੀ ਪਿਲਾਇਆ ਕਿਸੇ ਨੂੰ, ਕਦੇ ਜੂਠੇ ਬਰਤਨ ਮਾਂਜੇ ਨੇ, ਕਦੇ ਝਾੜੂ ਲਾਇਆ, ਕਦੇ ਸੇਵਾ ਕੀਤੀ ਹੈ? ਕਹਿਣ ਲੱਗੇ, ਮਹਾਰਾਜ ਇਹ ਚੀਜ਼ਾਂ ਤਾਂ ਅਸੀਂ ਨਹੀਂ ਕੀਤੀਆਂ। ਕਹਿਣ ਲੱਗੇ, ਫਿਰ 40 ਦਿਨ ਕਰਕੇ ਆਇਓ, ਫਿਰ ਸਾਡੇ ਪਾਸ ਆਇਓ, 40 ਦਿਨ ਕਰਿਓ। ਉਹਨਾਂ ਨੇ ਫਿਰ ਮਹਾਂਪੁਰਸ਼ਾਂ ਦਾ ਬਚਨ ਮੰਨ ਕੇ ਝਾੜੂ ਦੀ ਸੇਵਾ, ਬਰਤਨਾਂ ਦੀ ਸੇਵਾ, ਪਾਣੀ ਜਲ ਵਰਤਾਉਣ ਦੀ ਸੇਵਾ, ਜੋੜਿਆਂ ਦੀ ਸੇਵਾ ਕਰਦੇ ਰਹੇ, ਕਰਦੇ ਰਹੇ, ਕਰਦੇ ਰਹੇ। 40 ਦਿਨ ਬੀਤ ਗਏ, 40 ਦਿਨਾਂ ਬਾਅਦ ਆ ਕੇ ਉਹੀ ਸ਼ਬਦ ਮਹਾਂਪੁਰਸ਼ ਕਹਿਣ ਲੱਗੇ, ਫਿਰ ਪੜ੍ਹੋ। ਜਦੋਂ ਪੜ੍ਹਿਆ ਤਾਂ ਨੇਤਰਾਂ ਦੇ ਵਿੱਚੋਂ ਜਲ ਵਹਿਣ ਲੱਗ ਗਿਆ ਕਿ ਜੋ ਗੁਰੂ ਦੀ ਬਾਣੀ ਕਹਿ ਰਹੀ ਹੈ ਉਹ ਪ੍ਰੈਕਟੀਕਲ ਸਾਨੂੰ ਕਮਾਉਣਾ ਪੈਣਾ। ਜੋ ਗੁਰੂ ਦੀ ਬਾਣੀ ਕਹਿ ਰਹੀ ਹੈ, ਪੱਖਾ ਫੇਰੀ ਪਾਣੀ ਢੋਵਾਂ, ਹਰ ਜਨਕੈ ਪੀਸਣ ਪੀਸ ਕਮਾਵਾਂ, ਕਹਿੰਦੇ ਨੇ ਇਹ ਪ੍ਰੈਕਟੀਕਲ ਜਦੋਂ ਕਮਾਵਾਂਗੇ ਫਿਰ ਉਸ ਚੀਜ਼ ਦਾ ਆਨੰਦ ਸਾਡੇ ਅੰਦਰ ਆਏਗਾ। ਫਿਰ ਉਹ ਨੇਤਰਾਂ ਦੇ ਵਿੱਚੋਂ ਜਲ ਵਹਿ ਰਹੇ ਹੈ ਅਤੇ ਗੁਰਮੁਖ ਪਿਆਰੇ ਸੁਣਨ ਵਾਲੀਆਂ ਸੰਗਤਾਂ ਸਰੋਤੇ ਵੀ ਬੜੀ ਧਿਆਨ ਦੇ ਨਾਲ ਸੁਣ ਰਹੇ ਨੇ। ਇਸ ਕਰਕੇ ਹਰ ਇੱਕ ਜੀਵ ਨੂੰ, ਹਰ ਇੱਕ ਮਾਈ ਭਾਈ ਨੂੰ ਸੇਵਾ ਸਿਮਰਨ ਸਤਸੰਗ ਦੀਆਂ ਘੜੀਆਂ ਜ਼ਰੂਰ ਕਰਨੀਆਂ ਚਾਹੀਦੀਆਂ। ਅਤੇ ਆਓ ਭਾਈ, ਹੁਣ ਸਮਾਂ ਹੋ ਚੁੱਕਿਆ, ਸਤਿਗੁਰ ਮਹਾਰਾਜ ਜੀ ਰਹਿਮਤਾਂ ਕਰਨ, ਸਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ਣ, ਦੇਹ ਰੋਗਤਾ ਤੰਦਰੁਸਤੀਆਂ ਬਖਸ਼ਦੇ ਰਹਿਣ। ਗੁਰਮੁਖ ਪਿਆਰਿਓ, ਇਹ ਸਰੀਰ ਹੈ ਇਹ ਰੋਗੀ ਵੀ ਹੋਣਾ, ਗੁਰਮੁਖ ਪਿਆਰੇ ਇਹ ਬੁੱਢਾ ਵੀ ਹੋਣਾ, ਇਹਦੇ ਉੱਤੇ ਸਾਰੀਆਂ ਵਿਪਤਾਂ ਇਹ ਤਨ ਦੇ ਉੱਤੇ ਆਉਣੀਆਂ ਹੀ ਆਉਣੀਆਂ ਇੱਕ ਦਿਨ। ਇਸ ਕਰਕੇ ਜੇ ਅਸੀਂ ਗੁਰੂ ਦੇ ਨਾਲ ਆਪਣੇ ਮਨ ਨੂੰ ਜੋੜ ਕੇ ਰੱਖਾਂਗੇ, ਕਿਉਂਕਿ ਸਤਿਗੁਰੂ ਬਾਣੀ ਦੇ ਵਿੱਚ ਬਚਨ ਕਰਦੇ ਨੇ ਕਿ ਗੁਰੂ ਦੇ ਬਾਣੀ ਦੇ ਨਾਲ ਜਦੋਂ ਮਨ ਜੁੜਿਆ ਹੋਏਗਾ, ਵਾਹਿਗੁਰੂ ਸ਼ਬਦ ਦੇ ਨਾਲ ਮਨ ਜੁੜਿਆ ਹੋਏਗਾ, ਸਾਰੇ ਆਪਣੇ ਘਰਾਂ ਦੇ ਵਿੱਚ ਮੂਲ ਮੰਤਰ ਦਾ, ਗੁਰਮੰਤਰ ਦਾ ਜਾਪ ਕਰਿਆ ਕਰੋ। ਜਿੰਨਾ ਵੀ ਕਿਸੇ ਨੂੰ ਆਉਂਦਾ ਨਿਤਨੇਮ ਦੀਆਂ ਬਾਣੀਆਂ, ਜਪਜੀ ਸਾਹਿਬ, ਸੁਖਮਨੀ ਸਾਹਿਬ ਦੇ ਪਾਠ ਔਰ ਨਿਤਨੇਮ ਦੀਆਂ ਬਾਣੀਆਂ, ਮਹਾਂਪੁਰਸ਼ ਬਾਬਾ ਸੁਖਦੇਵ ਸਿੰਘ ਜੀ ਇਹੀ ਉਪਦੇਸ਼ ਦਿੰਦੇ ਨੇ ਸੰਗਤਾਂ ਨੂੰ, ਭਾਈ ਨਾਮ ਬਾਣੀ ਦੇ ਨਾਲ ਜੁੜ ਜਾਓ, ਸੇਵਾ ਸਿਮਰਨ ਸਤਸੰਗ ਦੀਆਂ ਘੜੀਆਂ ਪ੍ਰਾਪਤ ਕਰਿਆ ਕਰੋ ਅਤੇ ਲਾਹੇ ਪ੍ਰਾਪਤ ਕਰਿਆ ਕਰੋ। ਆਉਣ ਵਾਲਾ ਜਿਹੜਾ ਸਮਾਂ, ਅੱਗੇ 2-3 ਮਹੀਨੇ ਰਹਿ ਗਏ, ਆਪਾਂ ਮਹਾਂ ਸੰਪਟ ਪਾਠ ਇੱਥੇ ਆਰੰਭ ਹੁੰਦਾ, ਉਦੋਂ ਬੀਬੀਆਂ ਨੂੰ ਬੇਨਤੀ ਹੈ, ਭਾਈ ਤੁਸੀਂ ਵੀ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਕਰੋ। ਵਿਆਹ ਸ਼ਾਦੀਆਂ ਤਾਂ ਰੋਜ਼ ਹੁੰਦੀਆਂ ਹੀ ਰਹਿੰਦੀਆਂ ਨੇ,
ਉਹ ਕੋਈ ਕਿਉਂਕਿ ਇਹਨਾਂ ਨੂੰ ਆਸ ਹੁੰਦੀ ਹੈ ਵੀ ਸਾਡੇ ਘਰ ਪੁੱਤਰਾ ਪੁੱਤਰ ਹੋਵੇ ਪੋਤਰਾ ਹੋਵੇ ਅਸੀਂ ਸੇਵਾ ਕਰੀਏ ਫਿਰ ਇੱਛਾ ਤਾਂ ਹੀ ਪੂਰੀਆਂ ਹੋਣੀਆਂ ਜੇ ਕੋਈ ਸੇਵਾ ਕਰਦਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਿਲ ਮਾਤਾ ਗੰਗਾ ਜੀ ਨੂੰ ਉਹਨੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਮਹਾਰਾਜ ਤੁਸੀਂ ਆਪ ਗੁਰੂ ਨਾਨਕ ਦੇ ਗੱਦੀ ਦੇ ਵਾਰਸ ਹੋ ਸਮੇਂ ਦੇ ਸਮਕਾਲੀ ਗੁਰੂ ਹੋ ਮਹਾਰਾਜ ਮੇਰੇ 'ਤੇ ਕਿਰਪਾ ਕਰੋ ਮੇਰੀ ਜਠਾਣੀ ਜਿਹੜੀ ਕਰਮੋ ਪਿਰਥੀ ਚਾਂਦੀ ਘਰ ਵਾਲੀ ਮੈਨੂੰ ਮਿਹਣੇ ਮਾਰਦੀ ਹੈ ਮੇਰੇ ਘਰ ਕੋਈ ਪੁੱਤਰ ਨਹੀਂ ਮੇਰੇ ਕੋਈ ਔਲਾਦ ਨਹੀਂ ਮੇਰੀ ਮੇਰੇ ਘਰ ਕੋਈ ਲਾਲ ਨਹੀਂ ਹੈ ਕਿਰਪਾ ਕਰੋ ਬਖਸ਼ਿਸ਼ ਕਰੋ ਤੁਸੀਂ ਸਭ ਨੂੰ ਇਹੀ ਦਾਤਾਂ ਦੇ ਰਹੇ ਹੈ ਅਤੇ ਸਤਿਗੁਰੂ ਨੇ ਆਪਣੇ ਸਿੱਖ ਨੂੰ ਵਡਿਆਈ ਦੇਣੀ ਸੀ ਕਿਉਂਕਿ ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੱਕਰ ਗੁਰਿਆਈ ਦਾ ਤਿਲਕ ਦਿੰਦੇ ਆਏ ਅਤੇ ਕਦੇ ਮਾਣ ਨਹੀਂ ਮਨ ਦੇ ਵਿੱਚ ਕੀਤਾ ਵੀ ਮੈਂ ਗੁਰੂ ਬਣ ਕੇ ਬੈਠ ਜਾਵਾਂ ਮੈਂ ਗੁਰੂ ਬਣ ਜਾਵਾਂ ਬਾਬਾ ਬੁੱਢਾ ਜੀ ਜਿਨ੍ਹਾਂ ਨੇ ਆਪਣੇ ਗੁਰਮੁਖ ਪਿਆਰਿਓ ਜ਼ਿੰਦਗੀ ਦੇ 113 ਸਾਲ ਗੁਰੂ ਘਰ ਨੂੰ ਸਮਰਪਿਤ ਕਰ ਦਿੱਤੇ ਗੁਰੂ ਨੂੰ ਦੇ ਦਿੱਤੀ ਆਪਣੀ ਜ਼ਿੰਦਗੀ ਆਪਣੇ ਸਵਾਸ 113 ਸਾਲ ਆਪਣੇ ਗੁਰੂ ਨੂੰ ਹੀ ਵਾਰ ਦਿੱਤੇ ਆਪਣੇ ਗੁਰੂ ਤੋਂ ਹੀ ਗੁਰੂ ਦੀਆਂ ਮੱਝਾਂ ਚਾਰੀਆਂ ਗੁਰੂ ਦੀ ਖੇਤੀਬਾੜੀ ਕੀਤੀ ਵਣਜ ਵਪਾਰ ਕੀਤਾ ਗੁਰੂ ਦੇ ਦਰ 'ਤੇ ਆ ਕਰਕੇ ਤਾਂ ਗੁਰਮੁਖ ਪਿਆਰਿਓ 126 ਸਾਲ ਦੀ ਉਮਰ ਸੀ ਬਾਬੇ ਬੁੱਢਾ ਜੀ ਦੀ ਅਤੇ 12-13 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਿਲੇ ਸੀ ਬਾਬਾ ਬੁੱਢਾ ਅਤੇ 113 ਸਾਲ ਗੁਰੂ ਘਰ ਦੇ ਉੱਤੋਂ ਹੀ ਵਾਰ ਦਿੱਤੇ ਸੇਵਾ ਅਤੇ ਸਿਮਰਨ ਸਤਸੰਗ ਦੀਆਂ ਪਰ ਕਦੇ ਮਨ ਦੇ ਵਿੱਚ ਫੁਰਨਾ ਨਹੀਂ ਕੀਤਾ ਵੀ ਮੈਂ ਗੁਰੂ ਬਣ ਜਾਵਾਂ ਮੈਂ ਗੁਰੂ ਬਣ ਜਾਵਾਂ ਪਰ ਉਹਨਾਂ ਮਹਾਂਪੁਰਸ਼ਾਂ ਨੂੰ ਫਿਰ ਬ੍ਰਹਿਮ ਗਿਆਨੀ ਦਾ ਦਰਜਾ ਦਿੱਤਾ ਧੰਨ ਧੰਨ ਬਾਬਾ ਬੁੱਢਾ ਜੀ ਬ੍ਰਹਿਮ ਗਿਆਨੀ ਬ੍ਰਹਮ ਗਿਆਨ ਦੀ ਅਵਸਥਾ ਨੂੰ ਉਹਨਾਂ ਦੇ ਉਹਨਾਂ ਨੂੰ ਪ੍ਰਾਪਤ ਸੀ ਮਨ ਸਾਚਾ ਮੁੱਖ ਸਾਚਾ ਸੋਏ ਅਵਰਣ ਅਪੇਖੈ ਇੱਕ ਸਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਕਹਿੰਦੇ ਨੇ ਉਹ ਬ੍ਰਹਮ ਗਿਆਨੀ ਹੋਇਆ ਕਰਦੇ ਨੇ ਫਿਰ ਮਾਤਾ ਗੰਗਾ ਜੀ ਨੂੰ ਕਹਿਣ ਲੱਗੇ ਜਾਓ ਬਾਬਾ ਬੁੱਢਾ ਜੀ ਦੀ ਸੇਵਾ ਕਰੋ ਉਹਨਾਂ ਨੂੰ ਪ੍ਰਸ਼ਾਦੇ ਪਾਣੀ ਦੀ ਸੇਵਾ ਕਰੋ ਮਨ ਦੇ ਵਿੱਚ ਮਾਣ ਸੀ ਵੀ ਸਾਡਾ ਹੀ ਪੁੱਤਰ ਹੈ ਸਾਡਾ ਹੀ ਸਿੱਖ ਹੈ ਸਾਡਾ ਹੀ ਸਿੱਖ ਹੈ ਮਨ ਦੇ ਅੰਦਰ ਮਾਣ ਸੀ ਵੀ ਸਾਡਾ ਹੀ ਸਿੱਖ ਸੀ ਆ ਗੁਰੂ ਨੂੰ ਆਓ ਆ ਕੇ ਮੱਥੇ ਟੇਕਦਾ ਹੈ ਨਮਸਕਾਰ ਕਰਦਾ ਗੁਰੂਆਂ ਦੇ ਬਚਨਾਂ ਅਨੁਸਾਰ ਚੱਲਦਾ ਅਤੇ ਮਾਤਾ ਗੰਗਾ ਜੀ ਨੇ ਆਪਣੀਆਂ ਦਾਸੀਆਂ ਨੂੰ ਕਹਿ ਕੇ ਭੋਜਨ ਤਿਆਰ ਕੀਤਾ ਲਾਂਗਰੀਆਂ ਨੂੰ ਕਿਹਾ ਵੀ ਪਦਾਰਥ ਤਿਆਰ ਕਰੋ ਅਤੇ ਰੱਥ ਦੇ ਉੱਤੇ ਬੈਠ ਕਰਕੇ ਪ੍ਰਸ਼ਾਦਾ ਲੈ ਕਰਕੇ ਕਹਿਣਗੇ ਬਾਬਾ ਜੀ ਆਹ ਪ੍ਰਸ਼ਾਦਾ ਛਕ ਕਰਕੇ ਮੈਨੂੰ ਪੁੱਤਰ ਦੀ ਦਾਤ ਬਖਸ਼ ਦਿਓ ਆਹ ਪ੍ਰਸ਼ਾਦਾ ਛਕ ਲਓ ਅਤੇ ਮੈਨੂੰ ਵਰ ਦੇ ਦਿਓ ਪੁੱਤਰ ਦੀ ਦਾਤ ਦਾ ਅਤੇ ਗੁਰਮੁਖ ਪਿਆਰਿਓ ਬਾਬਾ ਬੁੱਢਾ ਜੀ ਕਹਿਣ ਲੱਗੇ ਮਾਤਾ ਹਜੇ ਭੁੱਖ ਨਹੀਂ ਇੱਥੇ ਰੱਖ ਦਿਓ ਜਦੋਂ ਸਾਨੂੰ ਭੁੱਖ ਲੱਗੇਗੀ ਉਦੋਂ ਅਸੀਂ ਪ੍ਰਸ਼ਾਦਾ ਛਕ ਲਵਾਂ ਘਰ ਆ ਗਏ ਨਾ ਕੋਈ ਵਾਰ ਨਾ ਸਰਾਬ ਕੋਈ ਵਚਨ ਹੀ ਨਹੀਂ ਕੀਤਾ ਘਰ ਵਾਪਸ ਜਦੋਂ ਆ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਾਰੀ ਵਾਰਤਾ ਸੁਣਾਈ ਗੰਗਾ ਸਤਿਪੁਰਸ਼ਾਂ ਕੋਲ ਮਹਾਂਪੁਰਸ਼ਾਂ ਕੋਲ ਬ੍ਰਹਿਮੀ ਗਿਆਨੀਆਂ ਕੋਲ ਇਸ ਤਰ੍ਹਾਂ ਨਹੀਂ ਜਾਈਦਾ ਤੇਰੇ ਅੰਦਰ ਹਉਮੈ ਆ ਤੇਰੇ ਅੰਦਰ ਮਾਣ ਹੈ ਵੀ ਮੈਂ ਗੁਰੂ ਦੀ ਪਤਨੀ ਹਾਂ ਗੁਰੂ ਦੇ ਮਹਿਲ ਹਾਂ ਅਸੀਂ ਸਾਡਾ ਦਰਜਾ ਉੱਚਾ ਹੈ ਅਤੇ ਉਹ ਸਾਡਾ ਸਿੱਖ ਹੈ ਇਹ ਚੀਜ਼ਾਂ ਇੱਥੇ ਨਹੀਂ ਦੇਖੀਆਂ ਜਾਂਦੀਆਂ ਨਿਮਾਣਿਆਂ ਨੂੰ ਮਾਣ ਨਿਤਾਣਿਆਂ ਨੂੰ ਤਾਣ ਨਿਓਟਿਆਂ ਨੂੰ ਓਟ ਨਿਆਸਰਿਆਂ ਨੂੰ ਆਸਰਾ ਦੇਣ ਵਾਲਾ ਇਹ ਗੁਰੂ ਦਾ ਦਰ ਹੈ ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਆਪ ਆਪਣੇ ਹੱਥੀਂ ਆਟਾ ਪੀਸ ਆਪ ਆਪਣੇ ਹੱਥੀਂ ਦੁੱਧ ਰਿੜਕ ਆਪ ਆਪਣੇ ਹੱਥੀਂ ਸਾਰੀ ਸੇਵਾ ਕਰ ਅਤੇ ਫਿਰ ਤੈਨੂੰ ਪ੍ਰਾਪਤ ਹੋਏਗਾ ਇਹ ਵਰ ਬਾਬਾ ਜੀ ਤੈਨੂੰ ਫਿਰ ਦੇ ਦੇਣਗੇ ਫਿਰ ਅਗਲੇ ਦਿਨ ਕੀ ਹੋਇਆ ਮਨ ਵਿੱਚ ਨਿਮਰਤਾ ਆ ਗਈ ਸਹਿਜ ਆ ਗਿਆ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਚਨ ਕੀਤੇ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਕੀਤਾ ਨਿਤਨੇਮ ਕੀਤਾ ਗੁਰਮੁਖ ਪਿਆਰਿਓ ਆਟਾ ਪੀਸਿਆ ਸ਼ਰਦਾ ਤਿਆਰ ਕੀਤਾ ਗੰਢਾ ਰੱਖ ਲਿਆ ਮੱਖਣ ਰੱਖ ਲਿਆ ਦਹੀਂ ਰੱਖ ਲਈ ਮੱਕੀ ਦੇ ਪ੍ਰਸ਼ਾਦੇ ਰੱਖ ਲਏ ਆਪਣੇ ਸਿਰ 'ਤੇ ਟੋਕਰਾ ਚੁੱਕ ਕਰਕੇ ਇੱਕ ਨਾਲ ਦਾਸੀ ਇੱਕ ਸੇਵਾਦਾਰ ਪਹਿਰੇਦਾਰ ਲੈ ਕਰਕੇ ਬੀੜ ਬਾਬਾ ਬੁੱਢਾ ਜੀ ਦੇ ਪਾਸ ਪਹੁੰਚ ਗਈ ਮਾਤਾ ਤਾਂ ਗੁਰਮੁਖ ਪਿਆਰਿਓ
ਅੱਗੇ ਜਾਂਦਿਆਂ ਨੂੰ ਬਾਬਾ ਬੁੱਢਾ ਜੀ ਤਿਆਰ ਬੈਠੇ ਨੇ, ਮਾਤਾ ਅੱਜ ਬੜੀ ਭੁੱਖ ਲੱਗੀ ਹੈ, ਅੱਜ ਬੜੀ ਭੁੱਖ ਲੱਗੀ ਹੈ, ਕਿਉਂਕਿ ਅੰਤਰ ਜਾਮੀ ਸਭ ਵਿਜਾਣਾ ਤਾਂ ਕਿਸ ਪੈ ਆਖ ਸੁਣਾਈ ਹੈ। ਉਹ ਜਾਣਦੇ ਸਨ ਸਭ ਕੁਛ, ਉਹ ਤਾਂ ਸਾਡੇ ਲਈ ਪੂਰਨੇ ਪਾ ਕੇ ਗਏ ਨੇ ਵੀ ਇਸ ਤਰ੍ਹਾਂ ਸਾਨੂੰ ਕਰਨਾ ਚਾਹੀਦਾ ਹੈ। ਤਾਂ ਫਿਰ ਕੀ ਹੋਇਆ, ਗੁਰਮੁਖ ਪਿਆਰੇ ਬਾਬਾ ਬੁੱਢਾ ਜੀ ਨੇ ਬੜੇ ਪ੍ਰੇਮ ਦੇ ਨਾਲ ਪ੍ਰਸ਼ਾਦਾ ਛਕਿਆ, ਪ੍ਰਸ਼ਾਦਾ ਛਕਦਿਆਂ ਛਕਦਿਆਂ ਗੰਢੇ ਨੂੰ ਭੰਨਿਆ ਅਤੇ ਕਹਿਣ ਲੱਗੇ, ਵਰ ਦਿੱਤਾ ਮਾਤਾ ਤੇਰੇ ਘਰ ਐਸਾ ਪੁੱਤਰ ਸੂਰਮਾ ਪੈਦਾ ਹੋਏਗਾ, ਜ਼ਾਲਮਾਂ ਦੇ ਆਉਣ ਦੇ ਉਹਨਾਂ ਦੇ ਸਮੇਂ ਦੇ ਵਿੱਚ ਸਿਰ ਭੰਨੇਗਾ, ਐਸਾ ਪੁੱਤਰ ਪੈਦਾ ਹੋਏਗਾ। ਗੁਰਮੁਖ ਪਿਆਰੇ ਵਰ ਦੇ ਦਿੱਤਾ, ਸਮੇਂ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ ਹੋਇਆ। ਇਸ ਕਰਕੇ ਗੁਰੂ ਪੀਰ ਪੈਗੰਬਰ ਔਲੀਏ ਸੰਤ ਮਹਾਂਪੁਰਸ਼ ਸੰਸਾਰ ਦੇ ਵਿੱਚ ਇਸੇ ਕਰਕੇ ਆਉਂਦੇ ਨੇ ਕਿ ਜਿਹੜੀ ਲੁਕਾਈ ਹੈ ਇਹ ਗੁਰਮੁਖ ਪਿਆਰੇ ਉਸ ਪਰਮਾਤਮਾ ਦੇ ਨਾਲ ਜੁੜੀ ਰਹੇ, ਅਸੀਂ ਸਤਸੰਗੀ ਬਣੀਏ, ਸੇਵਾਦਾਰ ਬਣੀਏ, ਹੁਕਮ ਮੰਨੀਏ, ਆਗਿਆ ਦੇ ਵਿੱਚ ਰਹੀਏ, ਅਤੇ ਫਿਰ ਸਾਨੂੰ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ। ਆਓ ਆ ਧਾਰਨਾ ਪੜ੍ਹ ਕੇ ਫਿਰ ਸਮਾਪਤੀ ਕਰੀਏ। ਬੰਦੇ ਨੂੰ ਤਾਰਦੇ ਸੇਵਾ ਤੇ ਸਿਮਰਨ ਦੋਵੇਂ, ਬੰਦੇ ਨੂੰ ਤਾਰਦੇ ਸੇਵਾ ਤੇ ਸਿਮਰਨ ਓ ਬੰਦੇ ਨੂੰ ਤਾਰਦੇ ਸਿਮਰਨ ਦੋ, ਬੰਦੇ ਨੂੰ ਤਾਰਦੇ ਸੇਵਾ ਤੇ ਸਿਮਰਨ ਦੋ, ਬੰਦੇ ਸੇਵਾ ਤੇ ਸਿਮਰਨ ਦੋ, ਸੇਵਾ ਤੇ ਸਿਮਰਨ ਦੋ, ਸੇਵਾ ਤੇ ਸਿਮਰਨ ਦੋ, ਸੇਵਾ ਤੇ ਸਿਮਰਨ ਦੋ, ਬੰਦੇ ਨੂੰ ਤਾਰਦੇ ਸੇਵਾ ਸਿਮਰਨ ਦੋ, ਬੰਦੇ ਨੂੰ ਤਾਰਦੇ ਸੇਵਾ ਸਿਮਰਨ ਦੋ, ਸਤਿਗੁਰ ਕੀ ਸੇਵਾ ਸਫਲ ਦੇਖੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ। ਆਓ ਹੁਣ ਸਮਾਪਤੀ ਹੈ ਭੁੱਲਾਂ ਚੁੱਕਾਂ ਦੀ, ਖਿਮਾ ਬੋਲਦਿਆਂ ਤੋਂ ਬੇਅੰਤ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣੀਆਂ, ਸਤਿਗੁਰੂ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਇਸ ਤਰ੍ਹਾਂ ਹੀ ਹਰ ਪੂਰਨਮਾਸ਼ੀ 'ਤੇ ਵੱਧ ਚੜ੍ਹ ਕੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਹਾਜ਼ਰੀ ਭਰਿਆ ਕਰੋ, ਲਾਹਾ ਪ੍ਰਾਪਤ ਕਰਿਆ ਕਰੋ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫਕੜੇ ਸਮਕਲੀ ਚੱਲੀ ਰਹਿਣ। ਪੂਰਨਮਾਸ਼ੀ ਦੇ ਆਲੇ ਦਿਹਾੜੇ ਦਿਨ ਸਮੇਂ ਅਨੁਸਾਰ ਆਪਣੇ ਕਾਰ ਵਿਹਾਰ ਸੰਕੋਚਦਿਆਂ ਹੋਇਆਂ ਗੁਰੂ ਕੇ ਲੰਗਰਾਂ ਦੀ ਸੇਵਾ, ਦੋਧੀ ਸੇਵਾ ਜਿੰਨੀ ਵੀ ਹੋ ਸਕੇ ਸੰਗਤਾਂ ਵਾਸਤੇ ਵੱਧ ਚੜ੍ਹ ਕੇ ਅਸੀਂ ਲਿਆਵਾਂਗੇ ਅਤੇ ਸਾਡਾ ਹੀ ਭਲਾ ਹੋਏਗਾ। ਇੱਥੇ ਸੰਗਤਾਂ ਬੈਠ ਕਰਕੇ ਛੱਕ ਕਰਕੇ ਆਨੰਦ ਮਾਣਦੀਆਂ ਨੇ ਅਤੇ ਨਾਲੇ ਕਥਾ ਕੀਰਤਨ ਦਾ ਆਨੰਦ ਪ੍ਰਾਪਤ ਹੁੰਦਾ ਹੈ,
ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਆਪ ਕਰੇ ਸਗਲੇ ਕੁਲ ਤਾਰੇ ਹਰ ਦਰਗਹਿ ਪਸ ਜਾਇੰਦੇ ਮਹਾਂਬਾਗ ਅਨੁਸਾਰ ਕਲਯੁਗ ਦੇ ਵਿੱਚ ਇਹ ਸਤਸੰਗ ਦੀਆਂ ਘੜੀਆਂ ਕੀਰਤਨ ਦਾ ਰਸ ਹਰ ਕੋਈ ਪ੍ਰੇਮੀ ਨਹੀਂ ਲੈ ਸਕਦਾ ਅਸੀਂ ਗੁਰਮੁਖ ਪਿਆਰੇ ਹਸਪਤਾਲਾਂ ਨੂੰ ਹੋਰ ਪਾਸੇ ਭੱਜਣ ਨੂੰ ਤਿਆਰ ਹੋ ਜਾਂਦੇ ਹਾਂ ਮਿੰਟੋ ਮਿੰਟੀ ਅਤੇ ਗੁਰੂ ਘਰ ਵਾਲੇ ਪਾਸੇ ਸਾਨੂੰ ਆਉਂਦਿਆਂ ਗੁਰਮੁਖ ਪਿਆਰੇ ਸੰਕੋਚ ਹੋ ਜਾਂਦਾ ਹੈ ਇਸ ਕਰਕੇ ਗੁਰੂ ਦੇ ਦਰ 'ਤੇ ਆਓ ਗੁਰੂ ਦਾ ਲਾਹਾ ਪ੍ਰਾਪਤ ਕਰੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਜਿੱਥੇ ਜਿੱਥੇ ਵੀ ਆਪਣੇ ਗੁਰੂ ਘਰ ਬਣੇ ਨੇ ਉੱਥੇ ਵੀ ਹਾਜ਼ਰੀਆਂ ਭਰਿਆ ਕਰੋ ਸੰਗਰਾਂਦ ਦੇ ਦਿਹਾੜੇ 'ਤੇ ਹੋਰ ਕੋਈ ਪ੍ਰੋਗਰਾਮ ਹੈ ਸਮਾਗਮ ਹੈ ਗੁਰਪੁਰਬ ਮਨਾਇਆ ਜਾਂਦਾ ਹੈ ਉੱਥੇ ਵੀ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹਿੱਸਾ ਪਾਉਣਾ ਚਾਹੀਦਾ ਸੇਵਾ ਕਰਨੀ ਚਾਹੀਦੀ ਹੈ ਆਓ ਆਨੰਦ ਸਾਹਿਬ ਦਾ ਪਾਠ ਉਸ ਤੋਂ ਬਾਅਦ ਅਰਦਾਸ ਹੋਏਗੀ ਫਿਰ ਪਵਿੱਤਰ ਹੁਕਮਨਾਵੇਂ ਹੋਣਗੇ ਗੁਰੂ ਕੀ ਦੇਗ ਵਰਤੇਗੀ ਗੁਰੂ ਕਾ ਲੰਗਰ ਵਰਤੇਗਾ ਸਾਰੇ ਮਾਈ ਭਾਈ ਘਰ ਸਹਿ ਛੱਕ ਕੇ ਜਾਣਾ ਸਭ ਨੂੰ ਜੀਓ ਐਂ ਆਖਿਆ ਜਾਂਦਾ ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਪ ਸਭ ਸੰਗਤਾਂ ਦਾ ਰਾਮ ਕਲੀ ਮਹਲਾ ਤੀਜਾ ਨੰਦ ਓਅੰਕਾਰ ਸਤਿਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਿਆਂ ਆਈਆਂ ਸਭ ਸੋਤਾ ਗਾਵੋ ਹੈ ਨਾਨਕ ਆਨੰਦ ਬੁਆ ਸਤਿਗੁਰੂ ਮੈਂ ਪਾਇਆ ਹਰ ਲਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਗਲਾ ਗਲਾ ਸਮਰਥ ਸਵਾਮੀ ਤੂੰ ਸਾਰੇ ਸਾਥੇ ਸਾਹਿਬਾ ਕਿਆ ਨਹੀਂ ਕਰ ਤੇਰੇ ਰਾਸ ਬਸਲਾ ਤੇਰੀ ਨਾਮ ਮਨ ਸਾਵੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਚਾਰੂ ਹਰ ਸਾਤ ਸੁਖਮਨ ਆਇ ਵਸਿਆ ਸਭ ਜਾਈਆਂ ਕਹਿ ਨਾਨਕ ਆਰੋ ਸਾਰੋ ਵਾਸੇ ਹਰ ਧਾਰਿਆ ਵਸ ਕੀਤੇ ਕਾਲ ਕੰਠ ਕਹਿ ਨਾਨਕ ਤੈ ਸੁਖ ਹੋਆ ਕਰਿਆ ਹਦ ਵਾਸੇ ਪਾਗਿਓ ਸਗਲ ਮਨੋਰਥ ਹਰ ਬ੍ਰਹਮ ਪ੍ਰਭ ਪਾਇਆ ਪ੍ਰੀ ਸਗਲ ਸੂਰੇ ਸੰਤ ਸਾਧਨ ਪਏ ਸਰਦੇ ਪੂਰੇ ਗੁਰ ਤੇ ਜਾਲੀ ਨਿਵਾਸ ਨਾਨਕ ਗੁਰ ਚਰਨ ਲਾਗੇ ਵਾਜਿਆ ਨਾਨਕ ਦੇ
ਚਰਨ ਲਾਗੇ ਵਾਸਿਆ ਹਰੇ ਸਲੋ ਅਵਨ ਗੁਰੂ ਪਾਣੀ ਪਿਤਾ ਦੇਵ ਸੁਰਾਤ ਸੇ ਦਾਈ ਨਾਇਆ ਕਿਲੈ ਸਗਤ ਜਗ ਕਰਮੀਆ ਤੋ ਆਪਣੀ ਕੇ ਨੇੜੇ ਕਹਿ ਦੋ ਨਾਨਕ ਸੇਵਕ ਉਸਨੇ ਕਿਸੇ ਨਾਮ ਧਿਆਇਆ ਨਾਨਕ ਸੇਵਕ ਉਸਨੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਠਾਕੁਰ ਤੂੰ ਬਾਹਰ ਦਾ ਉਹ ਪ੍ਰਜਾ ਸਰਕਾਰ ਦੇ
ਸਹਿਤ ਸਭ ਭਗਤਾਂ ਕਰਨ ਲਾਗੀ ਗੁਰ ਕੈ ਸਹਿਜ ਸੁਭਾਅ
ਸਤਿ ਸ੍ਰੀ ਅਕਾਲ।